ਸਤਿ ਸ਼੍ਰੀ ਅਕਾਲ ਜਸ ਪੰਜਾਬੀ ਅਤੇ ਪੰਜਾਬ ਬੋਲਦਾ ਵੇਖ ਰਹੇ ਹੋ ਤੁਸੀਂ। ਮੈਂ ਹਾਂ ਕੁਲਵਿੰਦਰ ਸਿੰਘ ਅਤੇ ਪੰਜਾਬ ਬੋਲਦਾ ਦੇ ਵਿੱਚ ਗੱਲ ਅੱਜ ਪੰਜਾਬ ਦੇ ਪਾਣੀਆਂ ਦੀ ਕਰਾਂਗੇ। ਦਰਅਸਲ ਬੀਤੇ ਦਿਨੀ ਕੈਗ ਦੀ ਇੱਕ ਰਿਪੋਰਟ ਸਾਹਮਣੇ ਆਈ ਹੈ, ਜਿਸ ਰਿਪੋਰਟ ਦੇ ਵਿੱਚ ਇਹ ਕਿਹਾ ਗਿਆ ਹੈ ਕਿ ਪੰਜਾਬ ਦੇ ਵਿੱਚ ਜੋ ਟੋਟਲ ਜ਼ਮੀਨ ਹੇਠਲਾ ਪਾਣੀ ਹੈ ਉਹਦੇ ਵਿੱਚੋਂ 40% ਪਾਣੀ ਜਿਹੜਾ ਹੈ ਉਹ ਪੀਣ ਦੇ ਲਾਇਕ ਨਹੀਂ ਹੈ। ਬਹੁਤ ਸਾਰੀਆਂ ਰਸਾਇਣਿਕ ਤੱਤਾਂ ਉਹਦੇ ਵਿੱਚ ਮੌਜੂਦ ਨੇ। ਮਾਲਵਾ ਖਿੱਤੇ ਨੂੰ ਜਿਵੇਂ ਤੁਸੀਂ ਜਾਣਦੇ ਹੋ ਕਿ ਵੱਡੀ ਗਿਣਤੀ ਦੇ ਵਿੱਚ ਕੈਂਸਰ ਦੇ ਮਰੀਜ਼ ਜਿਹੜੇ ਨੇ ਉਹ ਮਾਲਵਾ ਖਿੱਤੇ ਦੇ ਵਿੱਚੋਂ ਆਉਂਦੇ ਨੇ, ਅਤੇ ਜ਼ਮੀਨ ਹੇਠਲਾ ਇਹ ਪਾਣੀ ਜੋ ਲੋਕਾਂ ਵੱਲੋਂ ਵਰਤਿਆ ਜਾ ਰਿਹਾ ਉਹ ਇੱਕ ਵੱਡੀ ਵਜ੍ਹਾ ਬਣਿਆ ਹੈ ਇਸ ਦੀ, ਵੀ ਪੰਜਾਬ ਦੇ ਵਿੱਚ ਹੌਲੀ ਹੌਲੀ ਪਾਣੀ ਗੰਧਲਾ ਹੋ ਰਿਹਾ, ਪੀਣ ਲਾਇਕ ਨਹੀਂ ਰਿਹਾ। ਠੀਕ ਹੈ, ਅਤੇ ਪਾਣੀ ਖਰਾਬ ਜ਼ਰੂਰ ਹੋ ਰਿਹਾ, ਜਿਵੇਂ ਡੂੰਘਾ ਪਾਣੀ ਜਾ ਰਿਹਾ, ਜਿਉਂ ਜਿਉਂ ਅਸੀਂ ਵਰਤਾਂਗੇ ਜ਼ਿਆਦਾ ਪਾਣੀ ਇਹਦੀ ਵਰਤੋਂ ਜ਼ਿਆਦਾ ਹੋਊਗੀ, ਇਹਦੀ ਮਤਲਬ ਘਟੂਗਾ ਇਹ ਪਾਣੀ। ਜੇ ਅਸੀਂ ਵਰਤੋਂ ਦੇਖ ਕੇ ਸੰਭਵ ਕਰੇਂਗੇ, ਮਤਲਬ ਘੱਟ ਕਰੇਂਗੇ, ਘੱਟ ਇਹਨੂੰ ਵਰਤਾਂਗੇ, ਫਿਰ ਜਿਵੇਂ ਬਚਾਓ ਪਾਣੀ ਅੰਦਰ ਵੱਧ ਜੂਗਾ, ਹੇਠਾਂ ਬਚਾਓ ਹੋ ਜੂਗਾ। ਜੇ ਹੁਣ ਜੀਰੀ ਹੈ, ਜਿਵੇਂ ਹੁਣ ਜੀਰੀ ਪਾਣੀ ਜ਼ਿਆਦਾ ਮੰਗਦੀ ਹੈ, ਹੁਣ ਜਿਵੇਂ ਹੋ ਫਸਲਾਂ ਹੈ, ਮਾਂਹ ਹੋਏ ਜਾਂ ਹੋਰ ਕੋਈ ਫਸਲ ਹੈ ਘੱਟ ਪਾਣੀ ਵਾਲੀ, ਉਹ ਪਾਣੀ ਘੱਟ ਮੰਗੂਗੀ। ਹੁਣ ਜਿਹੜੀ ਜੀਰੀ ਹੈ ਇਹ ਪਾਣੀ ਮੰਗਦੀ ਜ਼ਿਆਦਾ, ਇਹਦਾ ਹਟਾ ਪਾਣੀ ਖੜ੍ਹਾ ਮੰਗਦੀ ਹੈ। ਹੁਣ ਜਿਹੜੇ ਮੈਂ ਲਾਉਂਦੇ ਹਾਂ ਪੰਜ ਜੀਰੀ ਜ਼ਿਆਦਾ ਹੋਣ ਕਰਕੇ ਯਾਰ ਪੈਦਾਵਾਰ ਵੀ ਸੋਹਣੀ ਹੈ, 4 ਰੁਪਏ ਵੱਟੇ ਜਾਂਦੇ ਹੈ ਜ਼ਿਮੀਦਾਰ, ਤਾਂ ਇਹਨੂੰ ਲਾ ਵੀ ਰਹੇ ਹੈ, ਹਟ ਨਹੀਂ ਸਕਦੇ ਕਿ ਜਿਵੇਂ ਕਾਰੋਬਾਰ ਸਾਡਾ ਇਹੀ ਹੈ, ਹੋਰ ਤਾਂ ਅਸੀਂ ਕਾਰੋਬਾਰ ਕੋਈ ਕਰ ਨਹੀਂ ਸਕਦੇ। ਪਰ ਤੁਹਾਨੂੰ ਕਿਆ ਲੱਗਦਾ ਹੈ ਜੇ ਅਸੀਂ ਇਸੇ ਤਰ੍ਹਾਂ ਜੀਰੀ ਲਾਈ ਗਏ, ਪਾਣੀ ਸਾਡਾ ਥੱਲੇ ਜਾਈ ਗਿਆ ਤਾਂ ਪਾਣੀ ਕਹਿੰਦੇ ਨੇ ਇੱਕ ਦਿਨ ਪੰਜਾਬ 'ਚ ਇੱਦਾਂ ਦਾ ਟਾਈਮ ਆਜੂਗਾ ਵੀ ਪਾਣੀ ਪੰਜਾਬ 'ਚੋਂ ਖਤਮ ਹੋਣਾ, ਪੰਜਾਬ ਨੇ ਬੰਜਰ ਹੋ ਜਾਣਾ? ਨਾ ਜੀ, ਪੀਣ 'ਤੇ ਵੀ ਹੋਜੂਗਾ ਮੁਸ਼ਕਲ, ਪੀਣ ਵਾਸਤੇ ਵੀ ਨਹੀਂ ਰਹਿਣਾ ਇਹ, ਕਿਉਂ ਮਤਲਬ ਜਿਹੜੀ ਘਾਟ ਆ ਪਾਣੀ ਦੀ ਬਹੁਤੀ ਹੋਜੂਗੀ। ਜੇ ਆਪਾਂ ਹਿਸਾਬ ਨਾਲ ਵਰਤੂਗੇ ਇਹਨੂੰ ਜੀਰੀ, ਤਾਂ ਤੁਸੀਂ ਕਹਿੰਦੇ ਹਾਂ ਵੀ ਬੰਦ ਕਰ ਦਈਏ, ਪਰ ਜ਼ਿਮੀਦਾਰ ਦਾ ਮਨ ਕਹਿੰਦਾ ਨਹੀਂ ਵੀ ਅਸੀਂ ਬੰਦ ਕਰ ਦਈਏ, ਕਿ ਸਾਨੂੰ ਆਮਦਨੀ ਜੀਰੀ ਜਿਹੜੀ ਹੈ ਮਾੜੀ ਮੋਟੀ, ਇਹਦੇ ਮੈਂ ਬੱਚਤ ਹੁੰਦੀ ਹੈ ਮਾੜੀ ਮੋਟੀ, ਖਰਚਾ ਜੋ ਜਿਹੜਾ ਅਸੀਂ ਕਰਦੇ ਹਾਂ, ਲਵਾਈ ਹੁਣ ਬਹੁਤ ਮਹਿੰਗੀ ਹੈ, 3,000 ਰੁਪਏ ਦਾ ਗੇੜਾ 3,500 ਰੁਪਇਆ ਹੁਣ ਭਈਏ ਲੈਂਦੇ ਹਾਂ ਲਵਾਈ, ਫਿਰ ਜੇ ਵਧਾਉਂਦੇ ਅਸੀਂ 1,500 ਰੁਪਇਆ, 2,000 ਤੁਸੀਂ ਵੀ ਵਧਾਈ ਸਾਨੂੰ ਪੈਂਦੀ ਹੈ, ਜਿਹੜੀ ਮਤਲਬ ਕਮਾਇਨਾ ਵੱਧਦੀ ਹੈ ਮੇਰੇ ਕਰਕੇ। ਇਹ ਦੱਸੋ ਵੀ ਜੇ ਕੱਲ੍ਹ ਨੂੰ ਜੇ ਜਿੱਦਾਂ ਹੁਣ ਜੀਰੀ ਦਾ ਇੱਕ ਰੇਟ ਤੈਅ ਕਰਿਆ ਵਾ ਸਰਕਾਰ ਨੇ, ਹੈ ਨਾ, ਇੱਕ ਰੇਟ ਦਿੰਦੀ ਸਰਕਾਰ, ਸਰਕਾਰ ਨੂੰ ਤੁਹਾਨੂੰ ਲੱਗਦਾ ਵੀ ਜਿਹੜੀਆਂ ਹੋਰ ਫਸਲਾਂ ਹੈ ਮੱਕੀ ਵਗੈਰਾ ਹੈ ਨਾ, ਉਹਨਾਂ ਦਾ ਜੇ ਸਰਕਾਰ ਰੇਟ ਤੈਅ ਕਰ ਦਿੰਦੀ ਤਾਂ ਬੰਦੇ ਕਿਸਾਨ ਜਿਹੜੇ ਨੇ ਉਹ ਜੀਰੀ ਘਟਾ ਦੂੰਗੇ ਲਾਉਣੀ? ਇੱਕ ਮਿੰਟ ਗੱਲ ਸੁਣੋ, ਹੁਣ ਜਿਵੇਂ ਮਾਂਹ ਹੈ ਗੱਠੇ ਆ, ਜਿਵੇਂ ਹੁਣ ਪਿਆਜ਼ ਜਾਂ ਆਲੂ ਹੈ ਫਜਗਾ, ਉਹ ਹੁਣ ਇਸ ਟਾਈਮ ਪੱਟਣੇ ਆ ਫਜਗਾ ਅਸੀਂ ਆਲੂ, ਹੁਣ ਜਦ ਅਸੀਂ ਹੁਣ ਪੱਟਣੇ ਆ ਹੁਣ ਤਾਂ ਸਾਨੂੰ ਉਹ ਇੱਕ ਮਿੰਟ ਨਹੀਂ, ਸਾਨੂੰ ਹੁਣ ਤਾਂ ਮਿਲਦੇ ਹਾਂ 2 ਰੁਪਏ ਕਿਲੋ, ਖਾਲੀ ਬੋਰ ਦਾ ਮੁੱਲ ਵੀ ਨਹੀਂ ਮਿਲਦਾ ਜ਼ਿਮੀਦਾਰਾਂ ਨੂੰ ਇਸ ਟਾਈਮ, ਜੇ ਸਾਨੂੰ ਜਿਹੜੇ ਹੁਣ 15-20 ਨੂੰ ਕਿਲੋ ਹੈ ਵੇਚਦੇ ਭਈਏ, ਨਾ ਗੌਰਮੈਂਟ ਨੂੰ ਕਰਦੀ ਆ ਫਗੜਾ, ਨਾ ਅਸੀਂ ਆਪਾਂ ਕਹਿਣਾ ਗਿਆ, ਜਿਵੇਂ ਤੁਸੀਂ ਹੁਣ ਗੌਰਮੈਂਟ MLA ਹੈ ਜਾਂ ਮੰਤਰੀ ਹੈ, ਜੇ ਮੁੱਖ ਮੰਤਰੀ ਆ ਆਪਣੇ ਕੈਪਟਨ ਨੇ, ਇਹ ਜਿਹੜੇ ਭਈਏ ਹੈ ਭਈਆਂ ਨੂੰ ਕਹਿ ਨਹੀਂ ਸਕਦਾ ਵੀ ਭਾਈ ਤੁਸੀਂ ਇੰਨਾ ਰੇਟ 10 ਰੁਪਏ ਕਿਲੋ ਮਗਰ, 5 ਰੁਪਏ ਕਿਲੋ ਮਗਰ, ਇਹ 3 ਮੀਆਂ ਘਰਾਂ ਖੜ੍ਹੇ ਜਾਂ ਅਸੀਂ ਵਿੱਚ ਅਨਪੜ੍ਹ, ਅਸੀਂ ਜਿੰਨਿਆਂ ਨੂੰ ਲੋੜ ਹੁੰਦੀ 2 ਕਿਲੋ 3 ਕਿਲੋ, ਅਸੀਂ ਜੇ ਹੁਣ ਉੱਥੇ ਲੈ ਲੈਣਾ 10 ਰੁਪਏ ਮੰਡੀ 'ਚੋਂ, ਇੱਥੇ ਜੇ ਤੁਹਾਨੂੰ 30 ਰੁਪਏ ਕਹਿੰਦੇ ਹੈ, ਅਸੀਂ 30 ਰੁਪਏ ਇਹਨਾਂ ਨੂੰ ਦੇ ਦੇਣੇ ਹੈ 30 ਰੁਪਏ। ਸਾਨੂੰ ਮੈਨੂੰ ਇਹ ਗੱਲ ਦੱਸੋ ਵੀ ਤੁਹਾਨੂੰ ਲੱਗਦਾ ਵੀ ਕਹਿੰਦੇ ਜਿੱਥੇ ਕਿਸੇ ਬੰਦੇ ਕੋਈ ਚੀਜ਼ ਜ਼ਿਆਦਾ ਹੋ ਜਾਵੇ ਉਹਨੂੰ ਕਦਰ ਨਹੀਂ ਰਹਿੰਦੀ ਉਹਦੀ, ਤੁਹਾਨੂੰ ਲੱਗਦਾ ਪੰਜਾਬ 'ਚ ਪੰਜਾਬੀਆਂ ਨੂੰ ਲੱਗਦਾ ਸਾਡੇ ਕੋਲ ਪਾਣੀ ਜ਼ਿਆਦਾ ਹੈ ਤਾਂ ਕਦਰ ਨਹੀਂ? ਹੁਣ ਜੇ ਸਾਡੇ ਬਾਅਦ ਫਸ ਗਿਆ ਮੱਕੀ ਬੀਜਤੀ, ਅਸੀਂ ਮੱਕੀ ਕਿੱਲੇ ਬੀਜਦੇ ਜਾਣੇ, ਏਰੀਆ ਸਾਰਾ ਮੱਕੀ ਦਾ ਹੋ ਗਿਆ, ਫਿਰ ਮੱਕੀ ਵੀ ਪਤਾ ਗਿਆ 5 ਰੁਪਏ ਕਿਲੋ 2 ਰੁਪਏ ਕਿਲੋ, ਉਸ ਟਾਈਮ 7 ਲੈ ਲਈ ਵਪਾਰੀਆਂ ਨੇ, ਜਿਹੜੇ ਮੰਤਰੀ ਆ ਜਾਂ ਹੋਰ ਜਿਹੜੇ ਬੜੇ ਬੰਦੇ ਆ ਉਹ ਲੈ ਲੈਣੇ ਆ, ਉਹ ਲੈ ਕੇ ਪਤਾ ਗਿਆ ਫਿਰ ਸਟੋਰ ਮੈਂ ਰੱਖ ਲਈ ਉਹਨਾਂ ਨੇ ਆਪਣੀ ਸਟੋਰ ਕਰ ਲਈ, ਫਿਰ ਉਹੀ ਮੱਕੀ 5 ਰੁਪਏ ਵਾਲੀ 20 ਰੁਪਏ ਕਿਲੋ, 25 ਰੁਪਏ ਦੀ ਹੁਣ 35 ਰੁਪਏ ਦੀ ਆਟਾ ਮਿਲਦਾ ਸਾਨੂੰ, ਹੁਣ 35 ਨੂੰ ਕਾਹਦੇ ਮਿਲਦਾ ਕਿ ਸਾਡੇ ਕੋਲ ਤਾਂ ਲੰਘ ਗਈ, ਹੁਣ ਵਪਾਰੀਆਂ ਕੋਲ ਹੈ ਬੜੇ ਬੰਦਿਆਂ ਕੋਲ। ਕਹਿਣ ਦਾ ਮਤਲਬ ਇਹ ਜੇ ਜ਼ਿਮੀਦਾਰ ਨੂੰ ਮੱਕੀ ਦਾ ਰੇਟ ਮਿਲ ਜਾਵੇ ਸਾਨੂੰ, ਜੇ ਸਾਨੂੰ ਮਿਲ ਜਾਵੇ ਰੇਟ, ਚਾਹੇ 35 ਨਹੀਂ ਮਿਲਣਾ 25 ਮਿਲ ਜਾਵੇ ਸਾਨੂੰ ਉਸ ਟਾਈਮ, ਜੇ ਸਾਡੇ ਕੋਲ ਲੰਘ ਗਈ ਫਿਰ ਬਈ ਉਹੀ ਆਟਾ ਹੁਣ 35 ਰੁਪਏ ਮਿਲਦਾ ਵਿੱਚ, ਦੁਕਾਨਦਾਰ ਸਾਡੇ ਪਿੰਡ 'ਚ ਬੜਾਲੀਆਂ ਹੁਣ 40 ਮਿੰਟ ਹੋ ਦਿੰਦੇ ਉਹ ਕਿਲੋ, ਕਿਉਂਕਿ ਕਾਹਦੇ ਜੇ ਕਹਿੰਦੀ ਨਿਗਰਾਨੀ ਹੋਵੇ ਮੰਤਰੀਆਂ ਦੀ, ਆ ਚੈਕਿੰਗ ਕਰਨ ਹੋ ਇੰਨਾ ਮਹਿੰਗਾ ਹੋਵੇ ਹੀ ਨਾ, ਆ ਜ਼ਿਮੀਦਾਰ ਨੂੰ ਰੇਟ ਮਿਲ ਜਾਵੇ, ਜੇ ਸਾਨੂੰ ਰੇਟ ਮਿਲ ਜਾਵੇ ਤਾਂ 35-25 ਮਿਲ ਜਾਵੇ। ਅਸੀਂ ਪਾਣੀ ਬਾਰੇ ਦੱਸੋ, ਪੰਜਾਬ ਦੇ ਵਿੱਚ ਕਹਿੰਦੇ ਪੰਜਾਬ ਦਾ ਪਾਣੀ ਲਗਾਤਾਰ ਗੰਧਲਾ ਹੁੰਦਾ ਜਾ ਰਿਹਾ, ਤੁਹਾਨੂੰ ਕੀ ਲੱਗਦਾ ਕੀ ਵਜ੍ਹਾ ਹੈ, ਕਿਉਂ ਇੱਦਾਂ ਹੋ ਰਿਹਾ? ਪਾਣੀ ਤਾਂ ਵੀਰੇ ਤੁਹਾਨੂੰ ਪਤਾ ਹੀ ਹੈ ਕਿੰਨਾ ਡਾਊਨ ਚੱਲੇਗਾ, ਬਹੁਤ ਡੂੰਘਾ ਚੱਲੇਗਾ ਪਾਣੀ ਦਾ, ਪਾਣੀ ਖਰਾਬ ਹੋ ਰਿਹਾ ਖੂਹ ਨਾਲਿਆਂ ਕਰਕੇ, ਗੰਦਾ ਪਾਣੀ ਜਿਵੇਂ ਬਹੁਤ ਪਾਣੀ ਦਾ ਬਹੁਤ ਬੁਰਾ ਹਾਲ ਹੋਇਆ ਪਹਿਲਾਂ ਨਾਲੋਂ, ਇੱਕ ਤਾਂ ਡਾਊਨ ਚੱਲੇ ਗਿਆ ਕਿ ਗੰਦਾ 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 ਪਾਣੀ ਨਾਲਿਆਂ, ਫੈਕਟਰੀਆਂ ਲੱਗੀਆਂ ਜਿਹੜੀਆਂ ਇਹ ਕਿੰਨਾ ਪ੍ਰਦੂਸ਼ਣ ਫੈਲਾਉਣੀਆਂ, ਬਹੁਤ ਬੁਰਾ ਹਾਲ ਹੈ ਪਾਣੀ ਦਾ। ਸਰਕਾਰ ਦਾ ਧਿਆਨ ਤੂੰ ਹੈ ਇਸ ਪਾਸੇ? ਸਰਕਾਰ ਦਾ ਧਿਆਨ ਕਿੱਥੇ ਇਹਦੇ ਪਾਸੇ, ਸਰਕਾਰ ਦਾ ਧਿਆਨ ਹੁੰਦਾ ਵੀ ਇੰਨਾ ਕੰਮ ਖਰਾਬ ਕਿਹਨੂੰ ਹੁੰਦਾ, ਬਿਲਕੁਲ
ਬਿਲਕੁਲ ਧਿਆਨ ਨਹੀਂ ਹੈਗਾ ਸਰਕਾਰ ਦਾ। ਇੱਕ ਗੱਲ ਜਿਹੜੀ ਕਹਿੰਦੇ ਪੰਜਾਬ ਵੀ ਰੇਗਿਸਤਾਨ ਬਣ ਜੂਗਾ ਆਉਣ ਵਾਲੇ ਟਾਈਮ 'ਚ, ਤੁਹਾਨੂੰ ਲੱਗਦਾ? ਦਰਖਤਾਂ ਕੋਈ ਛੱਡਦੇ ਨਹੀਂ ਰੋਡ ਦੇ, ਜੇ ਦਰਖਤ ਰਹਿਣਗੇ ਤਾਂ ਹੀ ਪਾਣੀ ਵੱਜੂ, ਪਾਣੀਆਂ ਡੂੰਘਾ, ਦਰਖਤਾਂ ਨੇ ਪਾਣੀ ਖਿੱਚਣਾ, ਜਾਂ ਦਰਖਤ ਨਹੀਂ ਰਹਿਣੇ ਪਾਣੀ ਕਿੱਥੋਂ ਰਹਿਣਾ? ਦਰਖਤ ਆ ਰੋਡ ਬਣ ਰਿਹਾ ਸਾਡੇ ਇੱਥੇ, ਆਹ ਦੇਖੋ ਕਿੰਨੇ ਪੱਟ ਰਹੇ, ਜਮ੍ਹਾਂ ਹੀ ਪੱਟ ਦੇਣਾ। ਕੋਈ ਕਿਤੇ ਰੋਡ 'ਤੇ, ਪਹਿਲਾਂ ਰੋਡ 'ਤੇ ਕਿੰਨੇ ਦਰਖਤ ਹੁੰਦੇ? ਹਰੇਕ ਰੋਡ 'ਤੇ ਦਰਖਤ ਦਰਖਤ ਹੁੰਦੇ, ਹੁਣ ਕਿਤੇ ਰੋਡ 'ਤੇ ਦਰਖਤ ਹੈਗਾ? ਕੋਈ ਦਰਖਤ ਨਹੀਂ ਛੱਡਿਆ, ਜਿਹੜੇ ਪ੍ਰਾਜੈਕਟ ਤਾਂ ਮਾਰੇ ਪੱਟ ਗਏ। ਦਰਖਤ ਨਹੀਂ ਤਾਂ ਪਾਣੀ ਨਹੀਂ, ਪਾਣੀ ਹੋਊਗਾ ਤਾਂ ਦਰਖਤ ਹੋਣਗੇ ਤਾਂ ਹੀ ਪਾਣੀ ਹੋਊ। ਰਾਜਸਥਾਨ ਤਾਂ ਬਣਾਇਆ ਦਿੱਤਾ, ਅੱਧਾ ਰਹਿ ਗਿਆ ਅੱਧਾ ਰਹਿ ਗਿਆ ਬਸ। ਇੱਕ ਗੱਲ ਜਿਹੜੀ ਵਾਰ ਵਾਰ ਕਿਸਾਨ 'ਤੇ ਸੁੱਟ ਦਿੰਦੇ ਆ ਵੀ ਤੁਸੀਂ ਜੀਰੀ ਲਾਉਣੀ ਬੰਦ ਕਰੋ, ਉਹਦੇ ਨਾਲ ਕੋਈ ਫਰਕ ਪੈ ਜੂਗਾ? ਜੀਰੀ ਲਾਉਣੀ ਬੰਦ ਦੇ ਖਾਣਗੇ ਕਿਆ ਫਿਰ? ਜ਼ਿਮੀਦਾਰ ਬਣਾਉਣਾ ਨਾ ਮੁੜ ਮੁੜ ਕੇ, ਪਰਾਲੀ ਨਹੀਂ ਫੂਕਦਾ ਉਹ ਜ਼ਿਮੀਦਾਰ ਫੂਕਦਾ, ਜੀਰੀ ਨਾ ਲਾਓ ਉਹ ਜ਼ਿਮੀਦਾਰ, ਜੇ ਜ਼ਿਮੀਦਾਰ ਹੀ ਨਹੀਂ ਪਕਾਊਗਾ ਖਾਣਗੇ ਕਿਆ ਫਿਰ? ਮਤਲਬ ਜ਼ਿਮੀਦਾਰ ਜੇ ਖੇਤੀ ਕਰਨਾ ਛੱਡ ਦੂਗਾ, ਜੀਰੀ ਨਹੀਂ ਲਾਊ ਠੀਕ ਹੈ ਛੱਡ ਦੂ, ਜੀਰੀ ਲਾਉਣੀ ਫੇਰ ਕਿਹੜੇ ਦੀ ਵਾਦੀ ਵੱਜ ਜੂਗੀ, ਫੇਰ ਕਿਹੜੇ ਪਾਣੀ ਵੱਜ ਜੂ? ਜਿਹੜੇ ਪਾਸੇ ਨੂੰ ਠੀਕ ਪਾਸੇ ਨੂੰ ਜਾਣਾ ਚਾਹੀਦਾ ਉਧਰ ਨੂੰ ਜਾਂਦੇ ਨਹੀਂ, ਜਾਂਦੇ ਤਾਂ ਉਲਟ ਪਾਸੇ ਨੂੰ ਹੈ, ਫਿਰ ਇਹ ਨਹੀਂ ਕੰਮ ਲੋਟ ਆਉਂਦਾ। ਤੁਹਾਨੂੰ ਕੀ ਲੱਗਦਾ ਕਿਹੜੀ ਸਾਈਡ ਕੀ ਕੀ ਹੋਣਾ ਕੀ ਚਾਹੀਦਾ? ਹੁਣ ਤੂੰ ਆਪੇ ਸੋਚ, ਜਿਹੜੇ ਪਹਿਲਾਂ ਕਿੰਨੇ ਰੋਡ ਹੁੰਦੇ ਤੇ, ਹਰੇਕ ਰੋਡ 'ਤੇ ਕਿੰਨੇ ਦਰਖਤ ਹੁੰਦੇ ਹੁੰਦੇ ਨੇ, ਐਂ ਦਰਖਤ ਜਿਹੜਾ ਰੋਡ ਭਰਿਆ ਪਿਆ ਹੁੰਦਾ, ਹੁਣ ਕਿਸੇ ਰੋਡ 'ਤੇ ਦਰਖਤ ਹੈਗੇ? ਕਿਸੇ ਰੋਡ 'ਤੇ ਵੀ ਦੇਖ ਲਓ ਉਜਾੜ ਬਣਾਇਆ ਪਿਆ, ਰਾਸਤਾ ਤਾਂ ਬਣ ਗਿਆ, ਮੀਂਹ ਆਉਣਾ ਕਿਹਨਾਂ ਨਾਲ? ਦਰਖਤਾਂ ਨਾਲ ਆਉਣਾ ਹੈ, ਦਰਖਤ ਹੈ ਨਹੀਂ, ਮੀਂਹ ਕਿੱਥੋਂ ਆਉਣਾ? ਤੁਹਾਨੂੰ ਆਪੇ ਫਰਕ ਲੱਗ ਜਾਣਾ, ਫਿਰ ਇਹੀ ਕਾਰਨ ਹੈ ਭਾਈ ਸਾਹਿਬ, ਦਰਖਤ ਪੱਟੀ ਜਾਂਦੇ ਲਾਉਂਦੇ ਹੈ ਨਹੀਂ। ਆਪ ਦਰਖਤ ਪੱਟਦੀ ਹੈ ਤਾਂ ਆਪ ਦੀ ਕੋਈ ਜ਼ਿੰਮੇਵਾਰੀ ਨਹੀਂ? ਕਹਿੰਦੇ ਆ ਇੱਕ ਬੰਦਾ ਇੱਕ, ਹਰ ਇੱਕ ਮਨੁੱਖ ਲਾਵੇ ਇੱਕ ਰੁੱਖ, ਇਹ ਫਿਰ ਪੱਟਦੇ ਕਿਉਂ? ਇਹਨੇ ਪੱਟਣ ਤੋਂ ਪਹਿਲਾਂ ਲਾਉਣ ਬਾਰੇ ਵੀ ਸੋਚਣਾ ਚਾਹੀਦਾ, ਜਿਹਨਾਂ ਰੋਡ ਬਣਾਉਣਾ ਵੀ ਅਸੀਂ ਦਰਖਤ ਪੱਟਣੇ ਹੈ ਉਦੋਂ ਦੁੱਗਣੇ ਲਾਉਣੇ ਚਾਹੀਦੇ ਇਹਨਾਂ ਨੂੰ, ਲਾਉਂਦੇ ਹੈ ਨਹੀਂ। ਪੱਟ ਪੱਟ ਕੇ ਦੇਖਿਆ ਸਾਡੇ ਇੱਥੇ, ਪੱਟ ਪੱਟ ਕੇ ਪਰਸੋਂ ਦੇਖੇ, ਐਂ ਲੱਗਦਾ ਜਿਵੇਂ ਸਾਡਾ ਉਜਾੜ ਬਣਾਇਆ ਹੁੰਦਾ, ਦਰਖਤਾਂ ਨਾਲ ਹੀ ਸਭ ਰੋਡ ਦੇ, ਰੋਡ ਸਾਈਡ ਕਿੰਨੇ ਦਰਖਤ ਹੁੰਦੇ, ਇੱਕ ਵੀ ਛੱਡਿਆ ਹੁਣ, ਫਿਰ ਕਿੰਨਾ ਫਰਕ ਪੈਂਦਾ ਵੀਰੇ, ਇਹ ਤੁਹਾਨੂੰ ਪਤਾ ਹੀ। ਅਭੀ ਤੁਸੀਂ ਦੱਸੋ, ਪੰਜਾਬ 'ਚ ਤੁਹਾਨੂੰ ਲੱਗਦਾ ਕਿ ਲੋਕਾਂ ਨੂੰ ਪਾਣੀ ਦੀ ਕਦਰ ਘੱਟ ਗਈ ਪੰਜਾਬ 'ਚ? ਪਾਣੀ ਦਾ ਕਦਰ ਤਾਂ ਘੱਟੇ ਗਈ ਜੀ, ਉਹ ਗੱਡੇ ਨਹੀਂ ਰਹੀ ਹੈਗੀ ਹੁਣ, ਪਾਣੀ ਦੀ ਘੱਟ ਸਭ ਕੁਝ ਹੋ ਗਿਆ, ਹੁਣ ਉਸਦਾ ਬੁਰੀ ਹਾਲਤ ਹੋਈ ਪਈ ਹੈ, ਫਿਰ ਇਹਦੇ ਪਰ ਤਾਂ ਕੋਈ ਗੱਲ ਨਹੀਂ ਹੈਗੀ। ਅੱਛਾ, ਤੁਸੀਂ ਪਹਿਲਾਂ ਸੁਣਿਆ ਤਾਂ ਵੀ ਪਾਣੀ ਕਰਕੇ ਲੋਕਾਂ ਨੂੰ ਬਿਮਾਰੀਆਂ ਲੱਗਦੀਆਂ, ਕੈਂਸਰ ਹੋ ਗਿਆ? ਤਾਂ ਹੀ ਹੁੰਦੀਆਂ ਬਿਮਾਰੀਆਂ, ਜੇ ਮਾੜੀ ਚੀਜ਼ ਆਊਗੀ ਆਪਾਂ ਤਾਂ ਹੀ ਬਿਮਾਰੀਆਂ ਆਉਣੀਆਂ। ਹੁਣ ਸਾਡਾ ਪਾਣੀ ਮਾੜਾ ਹੋ ਗਿਆ ਪਹਿਲਾਂ ਨਾਲੋਂ? ਹਾਂ, ਫਰਕ ਪੈ ਗਿਆ ਪਾਣੀ ਦਾ। ਹਾਂ, ਤੁਹਾਨੂੰ ਕਿਉਂ ਲੱਗਦਾ ਵੀ ਪਾਣੀ ਕਿੱਦਾਂ ਵੀ ਅਸੀਂ ਆਪੇ ਗੰਦਲਾ ਕਰਤਾ, ਜਾਂ ਤੁਹਾਨੂੰ ਲੱਗਦਾ ਵੀ ਫੈਕਟਰੀਆਂ ਫੁਟਰੀਆਂ ਆ ਗਈਆਂ, ਜਾਂ ਜਿੱਦਾਂ ਇਹ ਵੀ ਕਹਿੰਦੇ ਵੀ ਜਿੱਦਾਂ ਹੁਣ ਅਸੀਂ ਫਸਲਾਂ ਨੂੰ ਦਵਾਈਆਂ ਲਾਈ ਜਾਂਦੇ ਆਪਣੀਆਂ ਨੂੰ? ਅੱਗੇ ਬੁੱਲੇ ਕਿੱਥੇ ਸੀ, ਬਿਮਾਰੀਆਂ ਦਵਲੇ ਕਿੱਥੇ ਸੀ, ਅਤੇ ਅੱਗੇ ਬੁਖਾਰ ਹੁੰਦਾ ਤਾ ਇਕੱਲਾ, ਹੁਣ ਬਿਮਾਰੀਆਂ ਕਦੇ ਵਧੀਆ, ਕੋਈ ਟਾਇਰ ਫਲਟ ਹੋ ਜਾਂਦਾ, ਕੋਈ ਕੁਝ ਹੋ ਜਾਂਦਾ, ਬੁਰੀ ਹਾਲਤ ਹੋਈ ਪਈ ਹੈ ਹੁਣ ਤਾਂ, ਵੀ ਉਹ ਸਮਾਂ ਨਹੀਂ ਰਿਹਾ ਹੈਗਾ ਹੁਣ। ਅੱਛਾ, ਤੁਸੀਂ ਇਹ ਦੱਸੋ, ਇੱਕ ਪੰਜਾਬ 'ਚ ਹੁਣ ਜਿਹੜੀ ਗੱਲ ਚੱਲਦੀ ਹੈ ਵੀ ਸਾਡੇ ਜਿਹੜੇ ਪਾਣੀ ਲੋਕ ਖਰਾਬ ਕਰੀ ਜਾਂਦੇ ਆ, ਵੀ ਇੱਕ ਟਾਈਮ ਆਉਣਾ ਵੀ ਪੰਜਾਬ ਜਿਹੜਾ ਸਾਡਾ ਬੰਜਰ ਹੋ ਜਾਣਾ, ਪੰਜਾਬ 'ਚ ਪਾਣੀ ਰਹਿਣਾ ਹੀ ਨਹੀਂ ਪੰਜਾਬ 'ਚ, ਜੇ ਆਹੀ ਹਾਲ ਰਿਹਾ ਸਾਡਾ ਜਿੱਦਾਂ ਅਸੀਂ ਪਾਣੀ ਖਰਾਬ ਕਰਦੇ। ਪਾਣੀ ਤਾਂ ਖਰਾਬ ਹੈ ਉਹ, ਜੇ ਹੁਣ ਚੰਗੀ ਚੀਜ਼ ਨੂੰ ਚੰਗੀ ਉਹ ਚੀਜ਼ ਮਿਲੂਗੀ ਆਪਾਂ ਨੂੰ, ਜੇ ਪਾਣੀ ਖਰਾਬ ਹੈ ਤਾਂ ਇਹ ਬੁਰੀ ਹਾਲਤ ਹੋਈ ਪਈ ਹੈ। ਤੁਸੀਂ ਮੰਨਦੇ ਵੀ ਪੰਜਾਬ 'ਚ ਪਾਣੀ ਖਤਮ ਹੋ ਜੂਗਾ ਕਿਸੇ ਟਾਈਮ? ਖਤਮ ਹੋ ਗਿਆ ਪਾਣੀ ਤਾਂ, ਖਤਮ ਹੋ ਗਿਆ ਹੁਣ, ਜੇ ਜੋ 250-250 ਬੋਰ ਹੁੰਦਾ ਹੈ, ਅੱਗੇ 150-150 ਫੁੱਟ, ਫਿਰ ਉਹ ਖਤਮ ਹੀ ਜਾਣਾ, ਪਾਣੀ ਥੱਲੇ ਜਾਊਗਾ, ਉੱਪਰ ਤਾਂ ਨਹੀਂ ਆਉਂਦਾ। ਬਸ ਫਿਰ ਕਦਰ ਨਹੀਂ ਸਾਡੇ ਲੋਕਾਂ ਨੂੰ ਪਾਣੀ ਦੀ, ਹੈ ਕਦਰ ਨਹੀਂ ਸਾਡੇ ਲੋਕਾਂ ਨੂੰ ਪਾਣੀ ਦੀ, ਨਹੀਂ ਹੈ ਪਾਣੀ, ਘੱਟ ਪੈ ਗਈ ਹੈ ਨਾ। ਹਾਂ, ਠੀਕ ਹੈ, ਬਹੁਤ ਬਹੁਤ ਧੰਨਵਾਦ ਬਾਬਾ ਜੀ ਸਾਡੇ ਨਾਲ ਗੱਲਬਾਤ ਕਰਨ ਲਈ। ਸੋ ਕੁਝ ਹੋਰ ਲੋਕਾਂ ਨਾਲ ਗੱਲਬਾਤ ਕਰਾਂਗੇ ਜੀ ਕਿ ਪਾਣੀ ਜਿਹੜਾ ਹੈ ਸਾਡੇ ਕੋਲ ਜ਼ਿਆਦਾ ਸੀ, ਕਈ ਵਾਰ ਬੰਦੇ ਕੋਲ ਕਿਸੇ ਚੀਜ਼ ਦੀ ਬਹੁਤਾਤ ਹੋ ਜਾਵੇ ਕਹਿੰਦੇ ਨੇ ਤਾਂ ਕਦਰ ਨਹੀਂ ਰਹਿੰਦੀ, ਅਤੇ ਪੰਜਾਬੀਆਂ ਦਾ ਕੁਝ ਉਹੀ ਹਾਲ ਹੋ ਰਿਹਾ ਹੈ। ਸੋ ਇਸ ਤੋਂ ਬਚਣ ਦੀ ਲੋੜ ਹੈ, ਕੁਝ ਹੋਰ ਲੋਕਾਂ ਨਾਲ ਗੱਲਬਾਤ ਕਰਾਂਗੇ ਕਿ ਛੋਟੇ ਜਿਹੇ ਬ੍ਰੇਕ ਲਈ ਰੁਕਦੇ ਹਾਂ ਜੀ। ਬ੍ਰੇਕ ਤੋਂ ਬਾਅਦ ਪੰਜਾਬ ਬੋਲਦਾ ਤੁਹਾਡਾ ਸਵਾਗਤ ਹੈ ਜੀ। ਗੱਲ ਅਸੀਂ ਕਰ ਰਹੇ ਹਾਂ ਪੰਜਾਬ ਦੇ ਪਾਣੀਆਂ ਦੀ, ਕਿ ਕਿਸ ਤਰੀਕੇ ਨਾਲ ਜਿਹੜੀ ਕੈਗ ਦੀ ਰਿਪੋਰਟ ਹੈ ਉਹ ਕਹਿ ਰਹੀ ਹੈ ਕਿ 40% ਪਾਣੀ ਜਿਹੜਾ ਇਹ ਜ਼ਮੀਨ ਹੇਠਲਾ ਪੰਜਾਬ ਦੇ ਵਿੱਚ ਉਹ ਪੀਣ ਲਾਇਕ ਵੀ ਨਹੀਂ ਹੈਗਾ, ਅਤੇ ਬਹੁਤ ਸਾਰੀਆਂ ਬਿਮਾਰੀਆਂ ਇਹ ਪਾਣੀ ਜਿਹੜਾ ਇਹ ਲੋਕਾਂ ਨੂੰ ਵੰਡ ਰਿਹਾ ਹੈ। ਪਰ ਪੰਜਾਬ ਦੇ ਪਾਣੀ ਗੰਧਲੇ ਕਿਉਂ ਹੋ ਰਹੇ ਨੇ, ਇਸ ਬਾਰੇ ਅਸੀਂ ਪੰਜਾਬ ਦੇ ਲੋਕਾਂ ਨਾਲ ਗੱਲ ਕਰ ਰਹੇ ਹਾਂ, ਅਤੇ ਇਹ ਵੀ ਕਿਹਾ ਜਾ ਰਿਹਾ ਕਿ ਭਵਿੱਖ ਦੇ ਵਿੱਚ ਇੱਕ ਦਿਨ ਅਜਿਹਾ ਵੀ ਆਏਗਾ ਜੇ ਇਸੇ ਤਰੀਕੇ ਅਸੀਂ ਪਾਣੀ ਦੀ ਦੁਰਵਰਤੋਂ ਕਰਦੇ ਰਹੇ ਕਿ ਪੰਜਾਬ ਜਿਹੜਾ ਹੈ ਉਹ ਰੇਗਿਸਤਾਨ ਬਣ ਜਾਏਗਾ। ਸਾਡੇ ਨਾਲ ਕੁਝ ਪਿੰਡ ਵਾਸੀ ਮੌਜੂਦ ਨੇ, ਉਹਨਾਂ ਨਾਲ ਗੱਲ ਕਰਦੇ ਹਾਂ। ਬਾਬਾ ਜੀ, ਕੀ ਨਾਂ ਤੁਹਾਡਾ? ਬਚਿੱਤਰ ਸਿੰਘ ਜੀ। ਬਚਿੱਤਰ ਜੀ, ਤੁਸੀਂ ਦੱਸੋ ਪਾਣੀ ਦਾ ਹਾਲ ਦੱਸੋ ਜੀ ਪੰਜਾਬ ਦੇ ਵਿੱਚ, ਕਹਿੰਦੇ ਪਾਣੀ ਜਿਹੜਾ ਉਹ ਲਗਾਤਾਰ ਗੰਧਲਾ ਹੋ ਰਿਹਾ, ਕੀ ਹਾਲ ਹੈ ਪੰਜਾਬ? ਪਾਣੀ ਦਾ ਇੱਕ ਤਾਂ ਜਿਹੜਾ ਪਾਣੀ ਪੀਣੇ ਵਾਲਾ ਜੀ, ਇਹਦੇ ਜੀ ਬਹੁਤ ਜਿਹੜੇ ਆਰਓ ਲੱਗੇ ਆ, ਇਸੇ ਕਾਰਨ ਲੱਗੇ ਆ, ਪਾਣੀ ਖਰਾਬ ਹੈ ਜੀ। ਹਾਂ, ਹੁਣ ਸਾਡੇ ਪਿੰਡ ਦੇ ਆਰਓ ਲੱਗਿਆ ਵਾ, ਆਰਓ ਦਾ ਪਾਣੀ ਵਰਤਦੇ ਹਾਂ ਜੀ, ਵੀ ਪਹਿਲਾਂ ਨਾਲੋਂ ਪਾਣੀ ਬਹੁਤ ਖਰਾਬ ਹੈ। ਜਿਹੜੇ ਸਾਡੇ ਪਹਿਲਾਂ ਘਰਾਂ 'ਚ ਮੋਟਰਾਂ ਲਾਈਆਂ ਵਿੱਚੀਆਂ, ਉਹਨਾਂ ਦਾ ਪਾਣੀ ਖਰਾਬ ਹੈ, ਹੁਣ ਆਰਓ ਦਾ ਪਾਣੀ ਪੀਂਦੇ ਹਾਂ ਜੀ। ਤੁਹਾਨੂੰ ਕੀ ਲੱਗਦਾ ਵੀ ਕਿਉਂ ਪੰਜਾਬ ਦੇ ਪਾਣੀ ਜਿਹੜੇ ਇੰਨੇ ਖਰਾਬ ਹੋਈ ਜਾ ਰਹੇ ਆ, ਬਿਮਾਰੀਆਂ ਕਿਉਂ ਲਾਉਣ ਲੱਗ ਗਏ?
ਉਹਦੇ ਵਿੱਚ ਗੰਦਾ ਪਾਣੀ ਜਾਂਦਾ। ਬਾਕੀ ਜਿਹੜੀਆਂ ਦਵਾਈਆਂ ਰੇਹ ਜ਼ਿਆਦਾ ਪੈਂਦੇ ਆ ਉਹਨਾਂ ਕਾਰਨ ਵੀ ਹੈਗਾ, ਹਾਂਜੀ ਫੈਕਟਰੀਆਂ ਕਰਕੇ ਵੀ ਹੈਗਾ ਜੀ। ਦੱਸੋ ਕਿ ਤੁਹਾਨੂੰ ਕਿੰਨਾ ਕੁ ਫਰਕ ਲੱਗਦਾ ਵੀ ਪਹਿਲਾਂ ਕਹਿੰਦੇ ਨੇ ਪਾਣੀ ਜਿਹੜਾ ਸੀ 50 ਫੁੱਟ 100 ਫੁੱਟ ਦੇ ਉੱਤੇ ਬੜੀ ਆਸਾਨੀ ਨਾਲ ਪਾਣੀ ਮਿਲ ਜਾਂਦਾ ਸੀ, ਪਰ ਹੁਣ ਸਾਡਾ ਪਾਣੀ ਜਿਹੜਾ ਇਹ ਦੁੱਗਣਾ ਤਿਗਣਾ ਥੱਲੇ ਪਹੁੰਚ ਗਿਆ। ਉਹ ਜੀ ਬਾਰਿਸ਼ਾਂ ਦਾ ਕੰਮ ਜੀ, ਬਾਰਿਸ਼ ਜ਼ਿਆਦਾ ਪੈਂਦੀ ਤੀ, ਮਹੀਨਾ ਮਹੀਨਾ ਬਾਰਿਸ਼ ਪਈ ਜਾਂਦੀ ਤੀ, ਉਹ ਤੋਂ ਬਾਅਦ ਬਾਰਿਸ਼ ਘੱਟਦੀ ਚਲੀ ਗਈ, ਪਾਣੀ ਡੂੰਘਾ ਚੰਦਾ ਚਲਿਆ ਗਿਆ। ਫਿਰ ਉਹਦੇ ਕਾਰਨ ਜਦ ਪਾਣੀ ਡੂੰਘਾ ਚਲਿਆ ਗਿਆ ਜ਼ਿਮੀਂਦਾਰ ਨੂੰ ਬਹੁਤ ਸਮੱਸਿਆ ਖੜ੍ਹੀ ਹੋ ਗਈ, ਕਿੱਥੇ ਦਾ ਇੰਜਣ ਬੋਰ ਨਾਲ ਔਰ ਆਪਣੇ ਪੱਟੀ ਵਾਲੀ ਮੋਟਰ ਜਿਹੜੀ ਛੋਟੀ ਸਮੱਸਿਆ ਅਤੇ ਪਹਿਲਾਂ ਉਹਦੇ ਨਾਲ ਸਾਰਦਾ ਤਾ। ਫਿਰ ਜਦ ਪਾਣੀ ਥੱਲੇ ਚਲਿਆ ਗਿਆ ਬੋਰ ਬੜੇ ਕਰਾਉਣੇ ਪੈ ਗਏ ਤਾਂ ਬੜੀਆਂ ਮੋਟਰਾਂ ਪਾਉਣੀਆਂ ਪੈ ਗਈਆਂ, ਪਾਣੀ ਤਾਂ ਥੱਲੇ ਬਹੁਤ ਚਲਿਆ ਗਿਆ ਜੀ, 130 ਫੁੱਟ ਪਰ ਪਾਣੀ ਚਲਿਆ ਗਿਆ। ਹਾਂਜੀ ਤੁਸੀਂ ਦੱਸੋ ਤੁਹਾਡਾ ਕੀ ਨਾਮ ਹੈ ਜੀ? ਦਵਿੰਦਰ ਸਿੰਘ ਜੀ। ਤੁਸੀਂ ਦੱਸੋ ਕਿ ਕੀ ਹਾਲ ਹੈ ਪੰਜਾਬ 'ਚ, ਤੁਹਾਨੂੰ ਲੱਗਦਾ ਕਿ ਪਾਣੀ ਕਿਉਂ ਗੰਦਲਾ ਹੋ ਰਿਹਾ ਪੰਜਾਬ ਦਾ? ਹਾਂਜੀ ਪਾਣੀ ਦੀਆਂ ਬਿਮਾਰੀਆਂ ਬਹੁਤ ਹੋ ਗਈਆਂ ਜੀ ਪਾਣੀ 'ਚ, ਜਿਹੋ ਥੱਲੇ ਜਾਂਦਾ ਆਪਣਾ ਪਾਣੀ ਪਾਣੀ ਜਿਹੜਾ ਏ ਜੇ ਅਸੀਂ ਇਸੇ ਤਰੀਕੇ ਪਾਣੀ ਦੀ ਦੁਰਵਰਤੋਂ ਹੁੰਦੀ ਰਹੀ, ਜਿਵੇਂ ਕਹਿੰਦੇ ਜੀਰੀ ਦੀ ਫਸਲ ਲਈ ਬਹੁਤ ਯੂਜ਼ ਹੁੰਦਾ ਪਾਣੀ, ਵਰਤੋਂ ਬੜੀ ਹੁੰਦੀ ਹੈ, ਫੈਕਟਰੀਆਂ 'ਚ ਬੜਾ ਯੂਜ਼ ਹੋ ਰਿਹਾ, ਵੀ ਇਹ ਹਾਲ ਜੇ ਅਸੀਂ ਇਸੇ ਤਰੀਕੇ ਵਰਤਦੇ ਰਹੇ ਤਾਂ ਇੱਕ ਟਾਈਮ ਇੱਦਾਂ ਦਾ ਆਉਣਾ ਵੀ ਪੰਜਾਬ ਨੇ ਰੇਗਿਸਤਾਨ ਬਣ ਜਾਣਾ? ਬਣ ਸਕਦਾ ਜੀ, ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈਗੀ ਵੀ ਜੇ ਕਣਕ ਵਰਤੋਂ ਹੁੰਦੀ ਰਹੀ, ਜੀਰੀ ਲੱਗਦੀ ਰਹੀ ਤਾਂ ਪਾਣੀ ਜੇਕਰ ਹੁਣ ਪੱਧਰ ਥੱਲੇ ਨੂੰ ਜਾਂਦਾ ਤਾਂ ਹੋਰ ਵੀ ਥੱਲੇ ਜਾ ਸਕਦਾ, ਜ਼ਰੂਰ ਰਸਤਾ ਨਹੀਂ ਬਣ ਜੂਗਾ ਜੀ। ਤੁਹਾਨੂੰ ਲੱਗਦਾ ਕਿ ਲੋਕਾਂ ਨੂੰ ਮਾੜੀ ਮੋਟੀ ਜਾਣਕਾਰੀ ਹੈ, ਲੋਕ ਇਸ ਬਾਰੇ ਜਾਗਰੂਕ ਹੈਗੇ ਪਾਣੀ ਪੂਣੀ ਨੂੰ ਲੈ ਕੇ, ਜੇ ਤੁਹਾਨੂੰ ਲੱਗਦਾ ਕਿ ਨਹੀਂ ਲੋਕਾਂ ਨੂੰ ਪਤਾ ਨਹੀਂ ਹੈਗਾ ਪਾਣੀ ਸਾਡਾ ਖਤਮ ਹੋ ਰਿਹਾ? ਹਾਂਜੀ ਖਤਮ ਹੋ ਰਿਹਾ ਜੀ, ਜੀਰੀ ਨੂੰ ਵੀ ਪਾਣੀ ਲੱਗਦਾ ਜੀ, ਖਤਮ ਤਾਂ ਹੋਣਾ, ਥੱਲੇ ਡੂੰਘੇ ਜਾ ਰਿਹਾ ਜੀ ਪਾਣੀ। ਲੋਕ ਹੈਗੇ ਜਾਗਰੂਕ, ਲੋਕਾਂ ਨੂੰ ਪਤਾ ਇਸ ਬਾਰੇ ਜਾਂ ਲੋਕਾਂ ਨੂੰ ਨਹੀਂ ਪਤਾ ਤੁਹਾਨੂੰ ਲੱਗਦਾ? ਲੋਕਾਂ ਨੂੰ ਕਿੱਥੇ ਹੋਣਾ, ਫਿਰ ਜੀਰੀ ਨਹੀਂ ਪਲਦੀ ਜ਼ਿਮੀਂਦਾਰਾਂ ਦੀ, ਜ਼ਿਮੀਂਦਾਰ ਵੀ ਕਿੱਥੇ ਜਾਊਗੀ? ਹਾਂਜੀ ਤੁਹਾਨੂੰ ਕੀ ਲੱਗਦਾ ਕਿ ਲੋਕ ਕਿੰਨੇ ਕੁ ਜਾਗਰੂਕ ਹੈ, ਲੋਕਾਂ 'ਚ ਕਿੰਨੀ ਕੁ ਜਾਣਕਾਰੀ ਆ ਵੀ ਸਾਡਾ ਪਾਣੀ ਖਤਮ ਹੋ ਰਿਹਾ? ਜਾਣਕਾਰੀ ਲੋਕਾਂ 'ਚ ਹੈਗੀ ਜੀ, ਪਰ ਕਿਆ ਕਹਿੰਦੇ ਜਿਹੜੇ ਲੋਕ ਗੰਨਾ ਲਾਉਂਦੇ ਆ ਪਾਣੀ ਦੀ, ਉਹਨੂੰ ਘੱਟ ਵਰਤੋਂ ਹੁੰਦੀ ਹੈ, ਉਹ ਉੱਥੇ ਜਾ ਕੇ ਜ਼ਿਮੀਂਦਾਰ ਨੂੰ ਪੈਸੇ 'ਚ ਸਮੱਸਿਆ ਖੜ੍ਹੀ ਹੋ ਜਾਂਦੀ ਹੈ। ਜਿਹੜੀ ਇਹ ਜੀਰੀ ਦੀ ਕਣਕ ਦੀ ਫਸਲ ਹੈ ਇਹ ਤਾਂ ਹੀ ਲੱਗਦੀ ਹੈ, ਇਹਨੂੰ ਟਾਈਮ ਸਿਰ ਪੈਸੇ ਮਿਲ ਜਾਂਦੇ ਬਸ, ਪਾਣੀ ਤੋਂ ਹੁਣ ਜ਼ਿਮੀਂਦਾਰ ਪਾਣੀ ਨੂੰ ਕਿਆ ਕਰੇ, ਜਦ ਉਹਨੂੰ ਉੱਧਰ ਗੰਨੇ ਦਾ ਪੈਸਾ ਹੀ ਨਹੀਂ ਮਿਲਦਾ ਜੀ ਤਾਂ ਗੰਨਾ ਘਟਿਆ ਜੀ, ਜ਼ਿਮੀਂਦਾਰ ਇੱਧਰ ਜੀਰੀ ਕਣਕ ਪਰ ਤਾਂ ਹੀ ਹੋਏ, ਟਾਈਮ ਨਾਲ ਇਹਨੂੰ ਪੈਸਾ ਮਿਲ ਜਾਂਦਾ, ਚਾਹੇ ਘੱਟ ਬਣੋ ਚਾਹੇ ਵੱਧ ਬਣੋ ਖਰਚਾ, ਚਾਹੇ ਘੱਟ ਹੋ ਚਾਹੇ ਵੱਧ ਹੋ, ਟਾਈਮ ਨਾਲ ਪੈਸੇ ਤਾਂ ਮਿਲ ਜਾਂਦੇ। ਤੁਹਾਨੂੰ ਲੱਗਦਾ ਕਿ ਸਰਕਾਰ ਨੂੰ ਬਾਕੀ ਫਸਲਾਂ ਜਿਹੜੀਆਂ ਘੱਟ ਪਾਣੀ ਵਾਲੀਆਂ ਨੇ ਉਹਨਾਂ ਨੂੰ ਜ਼ਿਆਦਾ ਪ੍ਰਮੋਟ ਕਰਨਾ ਚਾਹੀਦਾ, ਉਹਨਾਂ ਨੂੰ ਫਿਕਸ ਰੇਟ? ਮੱਕੀ ਲੱਗ ਗਈ ਜੀ ਬੀਜਣ, ਮੈਂ 2 ਕਿੱਲੇ ਮੱਕੀ ਦੇ ਹੁਣ ਬੀਜੇ ਜੀ, ਹੋਰ ਜ਼ਿਮੀਂਦਾਰਾਂ ਨੇ ਵੀ ਬੀਜੇ ਆ, ਪਰ ਫਿਰ ਵੀ ਉਹਨਾਂ ਨਹੀਂ ਹੈ ਜਿੰਨਾ ਮਤਲਬ ਚਾਹੀਦਾ, ਪਰ ਹੁੰਦਾ ਨਾ ਉਹਨਾਂ ਨੂੰ ਵੀ ਸਾਨੂੰ ਫਸਲ ਦਾ ਰੇਟ ਨਹੀਂ ਕੋਈ ਮਿਲਣਾ, ਕੀ ਪਤਾ ਕਿੰਨਾ ਰੇਟ ਮਿਲਣਾ, ਉਹ ਤਾਂ ਜਿਹੜੀ ਅਸੀਂ ਸਾਨੂੰ ਸਮੱਸਿਆ ਖੜ੍ਹੀ ਹੋ ਜਾਂਦੀ ਹੈ, ਹੁਣ ਪਾਣੀ ਦੀ ਗਾਹਾਂ ਸਾਨੂੰ ਲੋੜ ਪੈਣੀ ਹੈ ਮੱਕੀ ਨੂੰ ਲਾਉਣ 'ਤੇ, ਸਾਡੀ ਲਾਈਟ ਬੰਦ ਹੋ ਜਾਂਦੀ ਹੈ, ਜਨਰੇਟਰ ਨਾਲ ਸਾਨੂੰ ਪਾਲਣੀ ਪੈਂਦੀ ਹੈ, ਉੱਧਰ ਵਾਢੀ ਦਾ ਮੌਕਾ ਆ ਜਾਂਦਾ ਕਣਕ ਦੀ ਤਾਂ ਲਾਈਟ ਬੰਦ ਹੋ ਜਾਂਦੀ ਹੈ, ਤਾਂ ਉਹਦੇ ਕਰਕੇ ਮੱਕੀ ਦੀ ਫਸਲ ਵੱਧਦੀ ਨਹੀਂ ਜੀ ਹੈਗੀ। ਤੁਸੀਂ ਇਹ ਦੱਸੋ, ਤੁਹਾਨੂੰ ਲੱਗਦਾ ਵੀ ਪੰਜਾਬ ਦੇ ਲੋਕਾਂ ਨੂੰ ਹੁਣ ਤਾਂ ਹੀ ਥੋੜ੍ਹਾ ਜਿਹਾ ਜਾਗਰੂਕ ਹੋ ਜਾਣਾ ਚਾਹੀਦਾ ਪਾਣੀ ਨੂੰ ਲੈ ਕੇ, ਵੀ ਪਾਣੀ ਦੀ ਦੁਰਵਰਤੋਂ ਨਹੀਂ ਕਰਨੀ ਚਾਹੀਦੀ, ਜਿੰਨਾ ਹੋ ਸਕੇ ਸੰਭਲ ਕੇ ਪਾਣੀ ਵਰਤਣਾ ਚਾਹੀਦਾ? ਜਾਗਰੂਕ ਤਾਂ ਹੁੰਦਾ ਜੀ, ਪਰ ਇਹੀ ਸਮੱਸਿਆ ਖੜ੍ਹੀਆਂ ਹੁੰਦੀਆਂ, ਹੁਣ ਜਿਹੜੀ ਮੈਂ ਤੁਹਾਨੂੰ ਦੱਸਿਆ ਮੱਕੀ ਬਾਰੇ, ਮੇਰੇ 2 ਕਿੱਲੇ ਲਾਏ ਹੋਏ ਆ, ਮੈਨੂੰ ਹੁਣ ਤਾਂ ਸਮੱਸਿਆ ਖੜ੍ਹੀ ਲੱਗਦੀ ਹੈ, ਜਦ ਲਾਈਟ ਮੈਨੂੰ ਮਿਲਣੀ ਨਹੀਂ, ਮੈਨੂੰ ਜਨਰੇਟਰ ਨਾਲ ਪਾਲਣੀ ਪੈਣੀ ਹੈ, ਸਾਨੂੰ ਸਾਰਾ ਪਤਾ ਜੀ ਪਾਣੀ ਹੇਠਾਂ ਜਾਂਦਾ ਹੈ, ਸਾਨੂੰ ਸਮੱਸਿਆ ਦਾ ਪਤਾ ਵੀ ਸਾਨੂੰ ਜਦ ਪਾਣੀ ਥੱਲੇ ਚਲਾ ਗਿਆ ਹੋਰ ਸਮੱਸਿਆ, ਹੁਣ ਵੀ ਸਾਨੂੰ ਸਮੱਸਿਆ ਹੈ, ਕਿੱਥੇ ਛੋਟੀਆਂ ਮੋਟਰਾਂ ਨਾਲ ਸਾਰਦੇ ਦੇ, ਕਿੱਥੇ 10-10, 15-15 ਪਾਵਰ ਦੀਆਂ ਮੋਟਰਾਂ ਪੈ ਗਈਆਂ, ਸਮੱਸਿਆ ਤਾਂ ਸਾਨੂੰ ਦਿਖਦੀ ਹੈ ਜੀ, ਪਰ ਕਰੀਏ ਕਿਆ, ਜ਼ਿਮੀਂਦਾਰ ਨੂੰ ਕੋਈ ਹੱਲ ਨਹੀਂ ਲੱਭਦਾ। ਅਤੇ ਪੰਜਾਬ ਦੇ ਪਾਣੀਆਂ ਨੂੰ ਲੈ ਕੇ ਅਸੀਂ ਗੱਲ ਕਰ ਰਹੇ ਹਾਂ ਜੀ ਪੰਜਾਬ ਦੇ ਲੋਕਾਂ ਦੇ ਨਾਲ, ਕਿਉਂਕਿ ਕੈਗ ਨੇ ਜਿਹੜੀ ਰਿਪੋਰਟ ਕੀਤੀ ਪੇਸ਼ ਕੀਤੀ ਆ, ਉਹਦੇ ਵਿੱਚ ਬਹੁਤ ਸਾਰੇ ਗੰਭੀਰ ਮੁੱਦੇ ਜਿਹੜੇ ਨੇ ਉਹ ਸਾਹਮਣੇ ਆਏ ਨੇ। ਲਗਾਤਾਰ ਇਹ ਕਿਹਾ ਜਾ ਰਿਹਾ ਕਿ ਪਾਣੀ ਜਿਸ ਤਰੀਕੇ ਨਾਲ ਪੰਜਾਬ ਦੇ ਵਿੱਚ ਵਰਤਿਆ ਜਾ ਰਿਹਾ, ਜੇਕਰ ਇਸੇ ਤਰੀਕੇ ਵਰਤੋਂ ਹੁੰਦੀ ਰਹੀ ਤਾਂ ਉਹ ਸਮਾਂ ਦੂਰ ਨਹੀਂ ਜਦੋਂ ਸਾਡਾ ਪੰਜਾਬ ਜਿਹੜਾ ਹੈ ਉਹ ਮਾਰੂਥਲ ਬਣ ਜਾਏਗਾ, ਇਸ ਲਈ ਪੰਜਾਬੀਆਂ ਨੂੰ ਸੰਭਲਣ ਦੀ ਲੋੜ ਹੈ। ਅਸੀਂ ਨੌਜਵਾਨਾਂ ਦੇ ਨਾਲ ਗੱਲਬਾਤ ਕਰ ਰਹੇ ਹਾਂ, ਪੰਜਾਬ ਦੇ ਲੋਕਾਂ ਨਾਲ ਗੱਲਬਾਤ ਕਰ ਰਹੇ ਹਾਂ, ਸਾਡੇ ਨਾਲ ਭਾਅ ਜੀ ਮੌਜੂਦ ਨੇ। ਭਾਅ ਜੀ ਕੀ ਨਾਂ ਤੁਹਾਡਾ? ਮੇਰਾ ਨਾਮ ਸਗਨਦੀਪ ਸਿੰਘ ਜੀ। ਸਗਨਦੀਪ, ਤੁਸੀਂ ਦੱਸੋ ਜਿਸ ਤਰੀਕੇ ਪੰਜਾਬ ਦੇ ਵਿੱਚ ਪਾਣੀ ਦੀ ਵਰਤੋਂ ਹੋ ਰਹੀ ਹੈ, ਤੁਹਾਨੂੰ ਲੱਗਦਾ ਹੈ ਕਿ ਆਉਣ ਵਾਲੇ ਟਾਈਮ 'ਚ, ਕੈਗ ਦੀ ਰਿਪੋਰਟ ਵੀ ਇਹ ਕਹਿ ਰਹੀ ਹੈ ਕਿ ਪਾਣੀ ਦੀ ਜਿਹੜੀ ਹੈ ਥੱਲੇ ਜ਼ਮੀਨ ਹੇਠਲੇ ਪਾਣੀ ਜਿਹੜਾ ਇਹ ਬੜਾ ਖਰਾਬ ਹੈ, ਉਹ 40% ਪਾਣੀ ਵਰਤਣ ਲੈ ਕੇ ਨਹੀਂ ਹੈਗਾ, ਜੇ ਅਸੀਂ ਪਾਣੀ ਨਾ ਸੰਭਾਲਿਆ ਤਾਂ ਆਉਣ ਵਾਲੇ ਟਾਈਮ 'ਚ ਪੰਜਾਬ ਲਈ ਮੁਸ਼ਕਲ ਹੋਊ। ਸਤਿ ਸ਼੍ਰੀ ਅਕਾਲ ਜੀ ਪਹਿਲਾਂ ਸਾਰੇ ਵੀਰਾਂ ਨੂੰ। ਅਤੇ ਜਿੱਦਾਂ ਕਿ ਇਹਦਾ ਵੀਰ ਕਹਿ ਰਿਹਾ ਕਿ ਪਾਣੀ ਦੀ ਸਮੱਸਿਆ ਕਿ ਅੱਜ ਦੇ ਟਾਈਮ ਵਿੱਚ ਇੱਕ ਬਹੁਤ ਵੱਡੀ ਸਮੱਸਿਆ ਬਣ ਚੁੱਕੀ ਹੈ, ਠੀਕ ਹੈ। ਜੇਕਰ ਅੱਜ ਦੇ ਟਾਈਮ ਅਸੀਂ ਪਾਣੀ ਦੀ ਸੰਭਾਲ ਨਹੀਂ ਕਰ ਸਕਦੇ ਤਾਂ ਆਉਣ ਵਾਲੇ ਟਾਈਮ ਵਿੱਚ ਸਾਨੂੰ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰ ਪੈ ਸਕਦਾ ਹੈ, ਕਿਉਂਕਿ ਜਿੱਦਾਂ ਕਿ ਅੱਜ ਪਾਣੀ ਜੋ ਪੰਜਾਬ, ਕਿਉਂਕਿ ਪੰਜ
ਜਿਵੇਂ ਕਿ ਪੰਜਾਬ ਦੇ ਕਿਸਾਨ ਨੇ ਜੋ ਅੱਜ ਦੇ ਟਾਈਮ 'ਚ ਮੋਟਰਾਂ ਰਾਹੀਂ, ਠੀਕ ਹੈ, ਆਪਣੀ ਜ਼ਮੀਨ ਨੂੰ ਜਿੱਦਾਂ ਵੀ ਵਿਕਾਸ ਕਰਨੇ, ਠੀਕ ਹੈ, ਝੋਨਾ ਲਗਾ ਕੇ, ਠੀਕ ਹੈ, ਤਾਂ ਇਹਦੇ ਅਕੋਰਡਿੰਗ ਤਾਂ ਪਾਣੀ ਦੀ ਖਪਤ ਬਹੁਤ ਹੋ ਚੁੱਕੀ ਹੈ, ਕਿਉਂਕਿ ਹਰ ਵਾਰ ਕਿੰਨਾ ਪਾਣੀ ਅਸੀਂ ਖਪਤ ਕਰਦੇ ਹਾਂ, ਠੀਕ ਹੈ। ਜੇਕਰ ਇਹੀ ਆਪਣਾ ਨਦੀਆਂ ਦਾ ਪਾਣੀ, ਠੀਕ ਹੈ, ਕਿਸਾਨਾਂ ਨੂੰ ਦਿੱਤਾ ਜਾਵੇ, ਠੀਕ ਹੈ, ਅਤੇ ਜ਼ਮੀਨ ਵਾਸਤੇ, ਹਾਂ, ਪੀਣ ਲਾਗੇ ਅਤੇ ਉਹਦੇ ਵਾਸਤੇ ਵਿਕਾਸ ਵਾਸਤੇ ਦਿੱਤਾ ਜਾਵੇ, ਤਾਂ ਪਾਣੀ ਦੀ ਜੋ ਸਮੱਸਿਆ ਹੈ, ਠੀਕ ਹੈ, ਫਿਰ ਵੀ ਬਹੁਤ ਸਾਰਾ ਫਰਕ ਪੈ ਸਕਦਾ, ਠੀਕ ਹੈ। ਅੱਛਾ, ਇੱਕ ਇਹ ਦੱਸੋ, ਜਿਵੇਂ ਹੁਣ ਕਹਿ ਕਹਿੰਦੀ ਹੈ ਵੀ ਜਿਹੜਾ ਸਾਡਾ ਜ਼ਮੀਨ ਹੇਠਲਾ 40% ਪਾਣੀ ਖਰਾਬ ਹੈ, ਉਹ ਪੀਣ ਲਾਇਕ ਨਹੀਂ ਹੈਗਾ, ਇੰਨੇ ਮਾੜੇ ਤੱਤ ਹੈ ਵੀ ਲੋਕਾਂ ਨੂੰ ਬਿਮਾਰੀਆਂ ਲੱਗ ਰਹੀਆਂ, ਸਾਡੇ ਮਾਲਵੇ ਇਲਾਕੇ 'ਚ ਬਹੁਤ ਸਾਰੇ ਲੋਕ ਬਿਮਾਰੀ ਚੀਜ਼ ਚਪੇਟ 'ਚ ਹੈ, ਕੈਂਸਰ ਵਰਗੀ ਬਿਮਾਰੀ ਹੋ ਰਹੀ ਹੈ, ਤੁਹਾਨੂੰ ਲੱਗਦਾ ਕਿ ਸਰਕਾਰ ਨੂੰ ਗੌਰ ਕਰਨਾ ਚਾਹੀਦਾ ਹੈ ਕਿ ਇਹ ਜਿਹੜਾ ਨਹਿਰੀ ਪਾਣੀ ਹੈ ਉਹ ਪੀਣ ਲਈ ਉਪਲਬਧ ਹੋਣਾ ਚਾਹੀਦਾ ਹਰ ਕਿਸੇ ਨੂੰ? ਸਹੀ ਗੱਲ ਵੀਰ ਦੀ, ਹਾਂਜੀ, ਜਿੱਦਾਂ ਕਿ ਅੱਜ ਕਿਉਂਕਿ ਪੰਜਾਬ ਵਿੱਚ ਬਹੁਤ ਸਾਰੀਆਂ ਫੈਕਟਰੀਆਂ ਨਹੀਂ, ਪਹਿਲਾਂ ਤਾਂ ਕਿਉਂਕਿ ਜੋ ਕਿ ਫੈਕਟਰੀਆਂ ਦਾ ਪਾਣੀ ਹੈ ਧਰਤੀ ਹੇਠ ਲਿਆ ਜਾ ਸਕਦਾ, ਠੀਕ ਹੈ, ਅੱਜ ਦੇ ਟਾਈਮ 'ਚ ਉਸ ਕਾਰਨ ਪਾਣੀ ਕਿੰਨਾ ਜ਼ਹਿਰੀਲਾ ਹੋ ਚੁੱਕਿਆ, ਕਈ ਥਾਵਾਂ 'ਤੇ ਉਹ ਪਾਣੀ ਜੈਸੇ ਜਿਵੇਂ ਕਿ ਮੋਟਰਾਂ ਨਹੀਂ ਆਪਾਂ ਕੱਢਵੇ ਤਾਂ ਉਹਨੂੰ ਪਤਾ ਵੀ ਲੱਗ ਸਕਦਾ ਕਿ ਵਹਾਂ ਪਰ ਜੋ ਫੈਕਟਰੀਆਂ ਦਾ ਪਾਣੀ ਹੈ ਤਾਂ ਗੰਦਾ ਨਿਕਲ ਸਕਦਾ, ਜਿਹਦੇ ਨਾਲ ਸਾਨੂੰ ਬਹੁਤ ਸਾਰੀਆਂ ਬਿਮਾਰੀਆਂ ਦਾ ਸਾਹਮਣਾ ਕਰਨਾ ਪੈ ਜਾਂਦਾ, ਕਿਉਂਕਿ ਅੱਜ ਦੇ ਟਾਈਮ 'ਚ ਜੋ ਇੱਕ ਕੈਂਸਰ ਦੀ ਬਿਮਾਰੀ ਹੈ ਨਾ, ਇੱਕ ਬਹੁਤ ਬੜੀ ਸਮੱਸਿਆ ਬਣ ਚੁੱਕੀ ਹੈ, ਕਿ ਪਹਿਲਾਂ ਦੇ ਟਾਈਮ ਵਿੱਚ ਇਹੋ ਜਿਹੀ ਕੋਈ ਬਿਮਾਰੀ ਦਾ ਨਾਮ ਨਹੀਂ ਲਿੱਤਾ ਜਾਂਦਾ ਜੀ, ਕਿਉਂਕਿ ਅੱਜ ਦੇ ਟਾਈਮ 'ਚ ਇਹ ਵਜ੍ਹਾ ਹੈ ਪਾਣੀ ਦੀ, ਕਿਉਂਕਿ ਅੱਜ ਦੇ ਟਾਈਮ 'ਚ ਪਾਣੀ ਨੂੰ ਅਸੀਂ ਦੇਖ ਨਹੀਂ ਸਕਦੇ, ਕਿਉਂਕਿ ਪੰਜਾਬ ਦੀ ਸਰਕਾਰ ਨੂੰ ਚਾਹੀਦਾ ਹੈ, ਕਿਉਂਕਿ ਜੋ ਆਪਣਾ ਦਰਿਆਵਾਂ ਦਾ ਪਾਣੀ ਹੈ, ਨਦੀਆਂ ਦਾ ਪਾਣੀ ਆ, ਤਾਂ ਉਹਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਉਸਨੂੰ ਪੀਣ ਯੋਗ ਵਰਤਿਆ ਜਾ ਸਕੇ। ਬਹੁਤ ਬਹੁਤ ਸ਼ੁਕਰੀਆ ਭਾਈ ਸਾਡੇ ਨਾਲ ਗੱਲਬਾਤ ਕਰਨ ਲਈ, ਅਤੇ ਲਗਾਤਾਰ ਨੌਜਵਾਨਾਂ ਨਾਲ ਅਸੀਂ ਗੱਲ ਕਰ ਰਹੇ ਹਾਂ ਜੀ ਪਾਣੀ ਦੇ ਮਸਲੇ ਦੇ ਉੱਤੇ, ਕਿਉਂਕਿ ਪੰਜ ਪਾਣੀਆਂ ਦੀ ਧਰਤੀ ਦੇ ਉੱਤੇ ਪਾਣੀ ਦਾ ਮਸਲਾ ਜਿਹੜਾ ਇਹ ਆਉਣ ਵਾਲੇ ਸਮੇਂ ਦੇ ਵਿੱਚ ਗੰਭੀਰ ਹੁੰਦਾ ਜਾਏਗਾ। ਸਾਡੇ ਨਾਲ ਇੱਕ ਵੀਰ ਮੌਜੂਦ ਨੇ, ਭਾਅ ਜੀ ਕੀ ਨਾਂ ਤੁਹਾਡਾ? ਮੇਰਾ ਨਾਮ ਵੀਰੇ ਜਸਪ੍ਰੀਤ ਸਿੰਘ ਆ, ਮੈਂ ਆਪਣੇ ਯੂਨੀਵਰਸਿਟੀ ਕਾਲਜ ਉੱਨੀ ਕਲਾਂ ਦਾ ਪੜ੍ਹਦਾ ਮੈਂ। ਜਸਪ੍ਰੀਤ, ਇਹ ਦੱਸੋ ਕਿ ਪਾਣੀ, ਤੁਹਾਨੂੰ ਲੱਗਦਾ ਹੈ ਕਿ ਇੱਕ ਗੱਲ ਹੋ ਰਹੀ ਹੈ ਕਿ ਪੰਜਾਬ ਦੇ ਵਿੱਚ ਆਉਣ ਵਾਲੇ ਟਾਈਮ 'ਚ ਪਾਣੀ ਦਾ ਸੰਕਟ ਖੜਾ ਹੋਣ ਵਾਲਾ ਹੈ, ਤੁਹਾਨੂੰ ਲੱਗਦਾ ਹੈ ਕਿ ਪੰਜਾਬੀਆਂ ਨੂੰ ਪਾਣੀ ਸੰਭਲ ਕੇ ਵਰਤਣਾ ਚਾਹੀਦਾ? ਹਾਂ ਜੀ, ਵੀ ਪਾਣੀ ਦੀ ਆਪਾਂ ਨੂੰ ਸੰਭਾਲ ਕਰਨੀ ਚਾਹੀਦੀ ਤਾਂ ਕਿ ਆਉਣ ਵਾਲੇ ਟਾਈਮ 'ਚ ਮੁਸ਼ਕਲ ਨਾ ਹੋਵੇ, ਅਤੇ ਸਰਕਾਰ ਨੂੰ ਵੀ ਇਹ ਹੋਣਾ ਚਾਹੀਦਾ ਵੀ ਜਿਹੜਾ ਧਰਤੀ ਥੱਲੇ ਵਾਲਾ ਪਾਣੀ ਆ ਵੀ ਗੰਦਾ ਪਾਣੀ ਦੀ ਘੱਟ ਤੋਂ ਘੱਟ ਵਰਤੋਂ ਕਰੇ, ਜਿਹੜਾ ਤਾਂ ਆਪਣਾ ਨਹਿਰਾਂ ਦੇ ਵਿੱਚ ਪਾਣੀ ਚੱਲਦਾ ਅਤੇ ਉਹਦੀ ਫਿਲਟਰ ਕਰਕੇ ਅਤੇ ਉਹ ਪਾਣੀ ਆਪਣੇ ਪੰਜਾਬੀ ਲੋਕਾਂ ਨੂੰ ਦੇਣਾ ਚਾਹੀਦਾ ਜੀ, ਤਾਂ ਕਰਕੇ। ਇੱਕ ਗੱਲ ਹੁੰਦੀ ਹੈ ਜਿਵੇਂ ਸਾਡਾ ਪਾਣੀ ਜਿਹੜਾ ਹੈ, ਕਹਿੰਦੇ ਨੇ ਕਿ ਬਾਹਰ ਵਾਲੀਆਂ ਸਟੇਟਾਂ ਨੂੰ ਜਾ ਰਿਹਾ, ਰਾਜਸਥਾਨ ਨੂੰ ਪਾਣੀ ਦਿੱਤਾ ਜਾ ਰਿਹਾ, ਬਹੁਤ ਸਾਰੀਆਂ ਇੱਦਾਂ ਦੇ ਸਵਾਲ ਉੱਠਦੇ ਨੇ, ਪਰ ਸਾਡੇ ਲੋਕ ਜਿਹੜੇ ਨੇ ਉਹ ਜ਼ਮੀਨ ਹੇਠਲਾ ਪਾਣੀ ਪੀ ਰਹੇ ਆ, ਜਿਹਦਾ ਅਸੀਂ ਗੱਲ ਵੀ ਕਰ ਰਹੇ ਕਿ ਜ਼ਮੀਨ ਹੇਠਲਾ ਪਾਣੀ ਗੰਧਲਾ ਹੋ ਗਿਆ ਹੈ, ਤੁਹਾਨੂੰ ਲੱਗਦਾ ਕਿ ਇਹਦੇ ਪਾਸੇ ਗੌਰ ਹੋਣੀ ਚਾਹੀਦੀ ਹੈ, ਇਹ ਪਾਣੀ ਦੀ ਜਗ੍ਹਾ ਸਾਫ਼ ਪਾਣੀ ਲੋਕਾਂ ਨੂੰ ਮਿਲਣਾ ਚਾਹੀਦਾ? ਹਾਂਜੀ ਹਾਂ, ਸਾਫ਼ ਪਾਣੀ ਦੇਣਾ ਚਾਹੀਦਾ ਜੀ ਜ਼ਰੂਰ, ਵੀ ਕਿਉਂਕਿ ਜਦੋਂ ਆਪਣੇ ਇੱਧਰ ਨਹੀਂ ਜ਼ਰੂਰਤ ਪੂਰੀ ਹੋ ਰਹੀ ਤਾਂ ਆਪਾਂ ਬਾਹਰ ਰਾਜਸਥਾਨ ਹੋਣ ਹੋਰ ਤਾਂ ਹਰਿਆਣੇ ਵਰਗੇ ਇਲਾਕਿਆਂ ਨੂੰ ਕਿਉਂ ਦੇਵਾਂਗੇ ਜੀ, ਕਿਉਂ ਪੰਜਾਬ 'ਚ ਤੁਹਾਨੂੰ ਪਤਾ ਜੀ ਸਾਰਾ ਪੰਜਾਬੀ ਦਾ ਖੇਤੀ ਦਾ ਹੀ ਧੰਦਾ ਹੁੰਦਾ ਜੀ ਲਗਭਗ, ਆਪਣੇ ਆਪਾਂ ਵੀ ਹੁਣ ਚਲੋ ਖੇਤੀ ਕਰਦੇ ਹਾਂ ਜੀ, ਹੁਣ ਜੇ ਇੱਧਰ ਨਹੀਂ ਪਾਣੀ ਪੂਰਾ ਹੋਊਗਾ ਜੀ ਤਾਂ ਆਪਾਂ ਬਾਹਰ ਕਿੱਕਣਾ ਦੇ ਸਕਦੇ? ਪੰਜਾਬੀ ਕਹਿੰਦੇ ਨੇ ਵੀ ਜਿੱਥੇ ਕਹਿੰਦੇ ਕਿਸੇ ਚੀਜ਼ ਦੀ ਕੋਈ ਜ਼ਿਆਦਾ ਹੋ ਜਾਵੇ ਕਿਸੇ ਬੰਦੇ ਕੋਲ ਕੋਈ ਚੀਜ਼ ਤਾਂ ਉਹਨੂੰ ਉਹਦੀ ਪਰਵਾਹ ਨਹੀਂ ਰਹਿੰਦੀ, ਤੁਹਾਨੂੰ ਲੱਗਦਾ ਕਿ ਸਾਡੇ ਪੰਜਾਬੀਆਂ ਨਾਲ ਵੀ ਇਹੀ ਹਾਲ ਹੈ, ਸਾਡੇ ਕੋਲ ਪਾਣੀ ਸੀਗਾ ਦਰਿਆਵਾਂ ਦਾ, ਅਸੀਂ ਉਹਦੀ ਸੰਭਾਲ ਨਹੀਂ ਕਰ ਰਹੇ, ਸਾਨੂੰ ਲੱਗਦਾ ਕਿ ਸਾਡੇ ਕੋਲ ਬਹੁਤ ਪਾਣੀ ਹੈ। ਹਾਂਜੀ, ਚਲੋ ਆਹ ਵੀ ਮੇਨ ਪੁਆਇੰਟ ਹੈਗਾ ਵੀ ਇੱਕ ਗੱਲ, ਸਾਡੇ ਕੋਲ ਪਹਿਲਾਂ ਬਥੇਰਾ ਪਾਣੀ ਸੀਗਾ, ਤੁਹਾਨੂੰ ਪਤਾ ਵੀ ਪੰਜਾਬ 'ਚ 7 ਦਰਿਆ ਸੀਗੇ ਅਤੇ ਹੁਣ 2-3 ਰਹਿ ਗਏ ਨੇ, ਅਤੇ ਆਪਾਂ ਨੂੰ ਵੀ ਇਕੱਲੇ ਤਾਂ ਸੱਚੀ ਕਹੀਏ ਕਿਸੇ ਨੇ ਵੀ ਆਪਾਂ ਨੂੰ ਜਿਹੜੀ ਚੀਜ਼ ਆਪਣੇ ਕੋਲ ਜ਼ਿਆਦਾ ਹੁੰਦੀ ਆਪਾਂ ਉਹਦੀ ਸੰਭਾਲ ਨਹੀਂ ਕਰਦੇ ਹੈਗੇ, ਅਤੇ ਆਪਾਂ ਨੂੰ ਹੋਣਾ ਚਾਹੀਦਾ ਵੀ ਆਪਾਂ ਪਾਣੀ ਦੀ ਸੰਭਾਲ ਕਰੀਏ ਜੀ। ਹਾਂ ਜੀ ਹਾਂ, ਜਾਣਨਾ ਚਾਹੀਦਾ ਜ਼ਰੂਰ। ਠੀਕ ਹੈ ਭਰਾ, ਬਹੁਤ ਬਹੁਤ ਧੰਨਵਾਦ ਸਾਡੇ ਨਾਲ ਗੱਲਬਾਤ ਕਰਨ ਲਈ। ਸੋ ਹੋਰ ਕੁਝ ਨੌਜਵਾਨਾਂ ਨਾਲ ਅੱਗੇ ਗੱਲਬਾਤ ਲੋਕਾਂ ਨਾਲ ਜਾਰੀ ਰੱਖਾਂਗੇ ਜੀ, ਪਾਣੀ ਦੇ ਮਸਲੇ ਦੇ ਉੱਤੇ ਕਿ ਪਾਣੀ ਨੂੰ ਲੈ ਕੇ ਲੋਕਾਂ ਦਾ ਕੀ ਵਿਚਾਰ ਹੈ ਅਤੇ ਕਿਵੇਂ ਅਸੀਂ ਪਾਣੀ ਨੂੰ ਸੰਭਾਲ ਸਕਦੇ ਹਾਂ ਤਾਂ ਜੋ ਜਿਹੜਾ ਪਾਣੀ ਪੰਜਾਬ ਦਾ ਨਾਂ ਜਿਸ ਪਾਣੀ ਦੇ ਸਿਰ ਦੇ ਉੱਤੇ ਪਿਆ, ਜਿਹਨਾਂ ਦਰਿਆਵਾਂ ਦੇ ਸਿਰ 'ਤੇ ਪਿਆ ਹੈ, ਉਹ ਪਾਣੀ ਹਮੇਸ਼ਾ ਸਾਡੇ ਲਈ ਵਰਦਾਨ ਰਹੇ, ਸ਼ਰਾਬ ਨਾ ਬਣੇ। ਬ੍ਰੇਕ ਤੋਂ ਬਾਅਦ ਪੰਜਾਬ ਬੋਲਦਾ ਤੁਹਾਡਾ ਸਵਾਗਤ ਹੈ ਜੀ। ਗੱਲ ਅਸੀਂ ਪੰਜਾਬ ਦੇ ਪਾਣੀਆਂ ਦੀ ਕਰ ਰਹੇ ਹਾਂ। ਸਰਕਾਰੀ ਰਿਪੋਰਟ, ਕੈਗ ਦੀ ਰਿਪੋਰਟ ਇਹ ਕਹਿ ਰਹੀ ਹੈ ਕਿ ਪੰਜਾਬ ਦਾ ਜ਼ਮੀਨ ਹੇਠਲਾ 40% ਪਾਣੀ ਗੰਧਲਾ ਹੋ ਚੁੱਕਿਆ ਹੈ। ਇਸ ਦੇ ਵਿੱਚੋਂ 10% ਪਾਣੀ ਇੱਦਾਂ ਦਾ ਹੈ ਜਿਹਦੇ ਨਾਲ ਤੁਸੀਂ ਆਪਣੀਆਂ ਫਸਲਾਂ ਤੱਕ ਨਹੀਂ ਪਾਲ ਸਕਦੇ, ਪਰ ਪੰਜਾਬ ਦੇ ਵਿੱਚ ਇਹ ਪਾਣੀ ਗੰਧਲਾ ਕਿਉਂ ਹੋਇਆ ਹੈ ਅਤੇ ਆਉਣ ਵਾਲੇ ਟਾਈਮ ਦੇ ਵਿੱਚ ਪੰਜਾਬ ਦੇ ਕੀ ਹਾਲਾਤ ਰਹਿਣ ਵਾਲੇ ਨੇ? ਪੁਰਾਣੇ ਹਾਲਾਤਾਂ ਤੋਂ ਬਾਅਦ ਅਸੀਂ ਕੁਝ ਬਜ਼ੁਰਗ ਸਾਡੇ ਨਾਲ ਇੱਥੇ ਮੌਜੂਦ ਨੇ, ਉਹਨਾਂ ਨਾਲ ਗੱਲਬਾਤ ਕਰਦੇ ਹਾਂ ਅਤੇ ਪੁੱਛਦੇ ਹਾਂ ਕਿ ਪਹਿਲਾਂ ਕੀ ਹਾਲ ਸੀ ਅਤੇ ਹੁਣ ਇੱਦਾਂ ਦੀ ਹਾਲਤ ਪੰਜਾਬ ਦੇ ਵਿੱਚ ਕਿਉਂ ਬਣ ਗਿਆ। ਬਾਬਾ ਜੀ, ਤੁਸੀਂ ਦੱਸੋ ਪੰਜਾਬ ਦੇ ਵਿੱਚ ਪਾਣੀ ਜਿਹੜਾ ਹੁਣ ਕਹਿੰਦੇ ਗੰਧਲਾ ਹੋ ਗਿਆ, ਮਤਲਬ ਤੁਹਾਨੂੰ ਕੀ ਲੱਗਦਾ ਵੀ ਕਾਹਨੂੰ ਪੰਜਾਬ ਦਾ ਪਾਣੀ ਇੰਨਾ ਖਰਾਬ ਹੋਈ ਜਾ ਰਿਹਾ? ਇਹ ਤਾਂ ਫਿਰ ਭਾਈ ਦਿਖਦਾ ਹੀ ਆ ਹੁਣ ਸਭ ਨੂੰ, ਤਕਰੀਬਨ ਜਿਹੜਾ ਪਾਣੀ ਖਰਾਬ ਹੋ ਰਿਹਾ ਹੈ ਇਹ ਉੱਪਰ
ਜਿਹੜੇ ਹਾਲਾਤ ਨਾਲ ਬਿਮਾਰੀਆਂ ਵੱਧ ਰਹੀਆਂ ਵੀ ਦਵਾਈਆਂ ਵੀ ਪੂਰੀਆਂ ਹੋਣੀਆਂ ਔਖੀਆਂ ਹੋ ਜਾਣੀਆਂ ਜਨਤਾ ਵਾਸਤੇ, ਕਿਉਂ ਨਵੀਆਂ ਤੇ ਨਵੀਆਂ ਬਿਮਾਰੀਆਂ ਚੱਲਦੀਆਂ। ਤੰਦਰੁਸਤ ਬੰਦਾ ਕੋਈ ਹੈ ਅੱਗੇ ਬਿਲਕੁਲ ਨਹੀਂ ਤਾਂ ਕੋਈ ਕਿਸੇ ਨੂੰ ਤੋਂ ਤਕਲੀਫ ਮੌਜਾਵਾਂ ਕੰਮ ਕਰਦੇ ਤੇ ਪਹਿਲੇ ਵਕਤਾਂ 'ਚ ਤਾਂ ਸਾਡਾ ਕੋਈ ਡਾਕਟਰ ਵੀ ਨਹੀਂ ਥਾ ਲਾਗ। ਸੰਨ 47 ਤੋਂ ਬਾਅਦ ਹਿੰਦੂ ਭਰਾ ਤਾਂ ਫਿਰ ਉਹ ਰਿਟਾਇਰ ਹੋ ਕੇ ਉਹਨਾਂ ਦੁਕਾਨ ਕੋਈ ਮਾੜੇ ਮੋਟੇ ਹਕੀਮ ਹੁੰਦੇ ਤੇ ਪਹਿਲਾਂ ਉਹ ਦਿਸ਼ਾਂਦਾ ਜਿਹਾ ਦੇ ਦੇਣਾ ਉਹਨਾਂ ਨੇ ਵਾਲ ਕੇ, ਉਹਦੇ ਗੱਲ ਬੁਖਾਰ ਬਖੂਰ ਮਾੜਾ ਮੋਟਾ ਉਤਰ ਜਾਂਦਾ। ਤਾਂ ਮੁਸ਼ਕਲ ਤਾਂ ਹੁਣ ਬਹੁਤ ਹੋ ਗਈ ਭਾਜੀ, ਪਾਣੀ ਹੁਣ ਗੰਦਾ ਹੋ ਗਿਆ, ਬਿਮਾਰੀਆਂ ਤਾਂ ਹੀ ਵੱਧਦੀਆਂ ਸਾਡੀਆਂ। ਹਾਂ ਦੇਖੋ ਜੇ ਜਿਹੜੀ ਖਾਣ ਪੀਣ ਦੀ ਚੀਜ਼ ਹੈ ਜੇ ਉਹ ਸਹੀ ਨਹੀਂ ਹੋਊ ਫਿਰ ਨਾ ਕੋਈ ਨੁਕਸਾਨ ਪਾਉਣਾ ਹੀ ਪਹੁੰਚਾਉਣਾ ਹੀ ਹੈ। ਤੁਸੀਂ ਦੱਸੋ ਪਾਣੀ ਤੁਹਾਨੂੰ ਕੀ ਲੱਗਦਾ ਵੀ ਤੁਹਾਡੇ ਟਾਈਮ 'ਚ ਤੇ ਹੁਣ ਪਾਣੀ 'ਚ ਕਿੰਨਾ ਕੁ ਫਰਕ ਆ ਗਿਆ ਪਹਿਲਾਂ ਨਾਲੇ ਹੁਣ? ਕਹਦਾ ਪਾਣੀ ਬਾਰੇ, ਪਾਣੀ ਬਾਰੇ ਪਤਾ ਲੱਗਦਾ ਭਾਈ? ਤੁਸੀਂ ਦੱਸੋ ਬਾਬੇ, ਤੁਸੀਂ ਦੱਸੋ ਪਾਣੀ ਬਾਰੇ ਮਾੜਾ। ਪਾਣੀ ਦਾ ਹੀ ਹੁਣ ਖਰਾਬ ਹੈ, ਹੇਠਾਂ ਜਾਊਗਾ ਡੂੰਘਾ ਜਾਈ ਜਾਂਦਾ ਖਰਾਬ ਹੈ ਪਾਣੀ। ਹਾਂ ਕਿੰਨਾ ਕੁ ਫਰਕ ਆ ਗਿਆ ਪਹਿਲਾਂ ਤੁਹਾਡੇ ਟਾਈਮ 'ਚ, ਕਿੰਨਾ ਕੁ ਡੂੰਘਾ ਹੁੰਦਾ ਸੀ? ਹੁਣ ਤੁਹਾਨੂੰ ਲੱਗਦਾ ਵੀ ਹੁਣ ਤਾਂ ਜੀ ਉੱਪਰ ਦਾ ਅੱਗੇ ਦਾ ਪਾਣੀ 50 ਹਾਸੇ ਦਾ ਬਾ ਟਿੰਡਾਂ ਚੱਲੇ ਕਰਦੇ ਦਾ, ਹੁਣ ਤਾਂ ਕਿਹੜੇ ਖੂਹਾਂ ਮਾ ਟਿੰਡਾਂ ਚੱਲਦੀਆਂ ਤਾਂ ਉਹ ਵੀ ਖਾਲੀ ਹੋਈ ਪਈ। ਪੂਰੇ ਪਾਣੀ ਕੱਢਦੇ ਤੇ ਹੁਣ ਦੇ 260 65 ਇੱਥੇ ਪੂਰੇ ਕਰੇ ਵੀ ਹੈ। ਹਾਂ 200 ਦੇ ਉੱਪਰ, 150 ਫੁੱਟ ਉੱਪਰ ਬੋਰ ਹੈਗੇ, 250 ਪੌਣੇ 300 ਫੁੱਟ ਹੋਏ ਵੀ ਜਾਣੀ ਉੱਪਰ ਮੋਟਰਾਂ ਥੋੜੀ ਜਿਹੀਆਂ। ਤੁਹਾਨੂੰ ਲੱਗਦਾ ਵੀ ਪੰਜਾਬ 'ਚ ਪਾਣੀ ਕਹਿੰਦੇ ਹੁੰਦੇ ਕਿਹੜੇ ਬੰਦੇ ਕੋਈ ਚੀਜ਼ ਜ਼ਿਆਦਾ ਹੋ ਜਾਵੇ ਕਹਿੰਦੇ ਉਹਨੂੰ ਕਦਰ ਨਹੀਂ ਰਹਿੰਦੀ ਉਹਦੀ? ਤੁਹਾਨੂੰ ਲੱਗਦਾ ਪੰਜਾਬ ਨਾਲ ਇਹ ਹਾਲ ਹੋਇਆ ਵੀ ਸਾਡੇ ਕੋਲ ਪਾਣੀ ਜ਼ਿਆਦਾ ਸੀ, ਸਾਨੂੰ ਕਦਰ ਨਹੀਂ ਰਹੀ ਉਹਦੀ? ਨਾ ਕਦਰ ਨੂੰ ਅਸੀਂ ਕਿਆ ਕਰੀਏ ਫਿਰ ਇਹਦਾ ਇਲਾਜ, ਜੇ ਆਹ ਨਹਿਰ ਚੱਲ ਪੈਂਦੀ ਸਾਡੇ ਇਲਾਕੇ 'ਚ ਪਾਣੀ ਨਹੀਂ ਸਾਡਾ ਆਉਣ ਜਾਂਦਾ, ਸੇਮ ਨਾਲ ਬਹੁਤ ਫਰਕ ਪੈ ਜਾਂਦਾ ਪਾਣੀ ਬੋਰਾਂ ਚੜ੍ਹੇ ਤੇਰਾ। ਹੁਣ ਇਹ ਨਹਿਰ ਜਿਹੜੀ ਆ ਪਰ ਮਦੋਛੀਆਂ ਕੰਨੀ ਨੂੰ ਪਾਣੀ ਉੱਪਰ ਹੈ, ਨਹਿਰ ਦੀ ਸੇਮ ਕਰਕੇ ਹੀ ਹੈ। ਇਸ ਕਰਕੇ ਵੀ ਜਿਹੜਾ ਹੁਣ ਦੇਖੋ ਅਸੀਂ ਖਾਂਦੇ ਹਾਂ ਆਹ ਕਣਕ ਹੈ ਕੋਈ ਗੰਨਾ, ਇਹਨਾਂ 'ਚ ਦਵਾਈਆਂ ਦਾ ਅੰਤ ਨਹੀਂ, ਕਣਕਾਂ ਦੇ ਵਿੱਚ ਰੇਹ ਗੈਲ ਕੇਰਦੇ ਹਾਂ, ਉਹਦਾ ਅਸਰ ਤਾਂ ਆਉਣਾ ਹੀ ਅਨਾਜ ਵਿੱਚ। ਇਸ ਹਾਂ ਇਸ ਕਰਕੇ ਵੀ ਬਿਮਾਰੀਆਂ ਫੈਲਦੀਆਂ ਭਾਈ, ਹੁਣ ਕਿਆ ਕਰੀਏ। ਤੁਹਾਨੂੰ ਲੱਗਦਾ ਕਿ ਫਸਲ ਜੇ ਬਦਲਦੀ ਹੈ ਜਿੱਦਾਂ ਹੁਣ ਕਹਿੰਦੇ ਝੋਨਾ ਬਦਲ ਦਿਓ, ਝੋਨਾ ਬੜਾ ਪਾਣੀ ਲਾਦਾ ਝੋਨੇ ਨੂੰ, ਵੀ ਇਹਦੇ ਨਾਲ ਕੋਈ ਫਰਕ ਪੈ ਜੂਗਾ ਪਾਣੀ ਬਚਾਉਣ ਵਾਸਤੇ? ਫਿਰ ਵੀ ਨਹੀਂ ਪੈਣਾ ਝੋਨੇ ਬਣੀ ਨਵੇਂ ਫਸਲ ਨੇ ਕਿਹਾ ਬੀਜੂਗਾ, ਮਿਰਚਾਂ ਲਾ ਲਾ ਉਹ ਨਹੀਂ ਹੁੰਦੇ, ਮਾਂਹ ਬੀਜਦਾ ਉਹ ਨਹੀਂ ਹੁੰਦੇ, ਜ਼ਿੰਮੇਦਾਰ ਕਰੂਗਾ ਵੀ ਆ ਝੋਨਾ ਕਣਕ ਆ ਇੱਕ ਫਸਲ। ਹੁਣ ਮੱਕੀ ਪੁੱਛੀ ਨਹੀਂ ਕਿਸੇ ਨੇ ਮੱਕੀ ਬੀਜਦੇ ਤੇ, ਹੁਣ ਇਸ ਕਰਕੇ ਜੇ ਜਿਹਦੇ ਨੂੰ 4 ਰੁਪਏ ਬਣਦੇ ਹਰੇਕ ਆਦਮੀ ਉਹਦੇ ਨੂੰ ਤੁਰਦਾ ਦੇਖ ਲਓ। ਹਾਂਜੀ ਹਾਂ ਇਸ ਕਰਕੇ ਹੁਣ ਕਿਹਾ ਕਿਹਾ ਜਾਂਦਾ ਹੈ। ਪਰ ਤੁਹਾਨੂੰ ਲੱਗਦਾ ਵੀ ਜੇ ਪਾਣੀ ਅੱਧੀ ਖਰਾਬ ਹੋ ਗਿਆ ਤਾਂ ਆਪਾਂ ਬਣ ਜਾਵਾਂਗੇ ਰੇਗਿਸਤਾਨ ਬਣ ਜਾਵਾਂਗੇ ਆਪਾਂ ਇੱਦਾਂ? ਫਿਰ ਬਣਿਆ ਬਈ ਫਿਰ ਤੋਂ, ਫਿਰ ਤਾਂ ਕੋਈ ਓਹਲਾ ਚੋਰੀ ਨਹੀਂ ਬਿਲਕੁਲ ਜੀ ਬਿਲਕੁਲ ਜੀ। ਤੋਂ ਬਜ਼ੁਰਗਾਂ ਦਾ ਇਹ ਕਹਿਣਾ ਹੈ ਜੀ ਕਿ ਜੇ ਇਸੇ ਤਰੀਕੇ ਅਸੀਂ ਪਾਣੀ ਦੀ ਵਰਤੋਂ ਕਰਦੇ ਰਹੇ, ਕਿਉਂਕਿ ਉਹਨਾਂ ਦਾ ਕਹਿਣਾ ਹੈ ਕਿ ਉਹ ਬੜੇ ਲੰਬੇ ਸਮੇਂ ਤੋਂ ਵੇਖ ਰਹੇ ਨੇ ਕਿ ਪਾਣੀ ਜੋ ਪਹਿਲਾਂ ਬਿਲਕੁਲ ਕੁਝ ਫੁੱਟ ਦੀ ਦੂਰੀ ਦੇ ਉੱਤੇ ਪਾਣੀ ਮਿਲ ਜਾਂਦਾ ਸੀ, ਉਹ ਪਾਣੀ ਹੁਣ ਕਈ ਕਈ 100 ਫੁੱਟ ਥੱਲੇ ਪਹੁੰਚ ਚੁੱਕਿਆ ਹੈ, ਅਤੇ ਜੇਕਰ ਇਹ ਹਾਲਾਤ ਰਹੇ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਵੀ ਪਾਣੀ ਜਿਹੜਾ ਹੈ ਉਸਨੂੰ ਲੈ ਕੇ ਵੱਡੀ ਦਿੱਕਤ ਪੰਜਾਬ ਸਾਹਮਣਾ ਕਰੇਗਾ ਉਸ ਦੀ, ਅਤੇ ਜੋ ਰਿਪੋਰਟ ਹੈ ਉਹ ਵੀ ਕਾਫੀ ਧਿਆਨ ਮੰਗਦੀ ਹੈ ਕਿ ਜਿਨ੍ਹਾਂ ਇਲਾਕਿਆਂ ਦੇ ਵਿੱਚ ਪਾਣੀ ਗੰਧਲਾ ਹੋ ਚੁੱਕਿਆ ਜ਼ਮੀਨ ਹੇਠਲਾ, ਉਸ ਪਾਣੀ ਦੀ ਵਰਤੋਂ ਘਟਾਈ ਜਾਣੀ ਚਾਹੀਦੀ ਹੈ, ਅਤੇ ਲੋਕਾਂ ਵੱਲ ਜਿਹੜਾ ਪੀਣ ਵਾਲਾ ਪਾਣੀ ਹੈ ਸ਼ੁੱਧ ਪਾਣੀ ਅਤੇ ਸਾਫ਼ ਪਾਣੀ ਉਹ ਪਹੁੰਚਾਇਆ ਜਾਣਾ ਚਾਹੀਦਾ। ਇਸ ਨਾਲ ਹੀ ਪੰਜਾਬ ਬੋਲਦਾ ਦੇ ਸੰਕ ਵਿੱਚ ਇੰਨਾ ਹੀ, ਧੰਨਵਾਦ।